ਸਾਜਿਆ ਸਾਰਿਆਂ ਨੂੰ ਹਲਚਲ ਸਵਾਗਤ ਹੈ ਗੱਲਬਾਤ ਦੇ ਰੋਮਾਂਚਕ ਪ੍ਰੋਗਰਾਮ ਦੇ ਵਿੱਚ। ਗੁਰਲਾਲੀ ਸੀਰੀਜ਼ ਆ ਗਈ ਹੈ, ਸੋ ਪਹਿਲਾਂ ਲਾ ਕੇ ਸਾਈਡ 'ਤੇ ਰੱਖ ਦੀ। ਜਨਤਾ ਆਖਦੀ ਬਾਈ ਤੇਰੀ ਆਵਾਜ਼ ਡਬਲ ਡਬਲ ਆ ਜਾਂਦੀ, ਕੀ ਕਰਾਂ ਹੁਣ, ਮੈਂ ਵੀ ਬੜਾ ਪਰੇਸ਼ਾਨ ਹੋ ਜਾਂਦਾ ਕਦੇ ਕਦੇ ਤਾਂ, ਯਾਦ ਕਰਾ ਦਿਆ ਕਰੋ। ਪਰ ਕਿਵੇਂ, ਇਹ ਕਿਹੜਾ ਲਾਈਵ ਚੱਲਦਾ? ਚਲੋ, ਲੰਡਨ ਗਿਆ ਸੀਗਾ, ਪਿੱਛੇ ਇਹਦਾ ਵਲੋਗ ਵੀ ਆਇਆ ਸੀ, ਗੋਇੰਗ ਟੂ ਲੰਡਨ ਬਾਏ ਬਾਏ ਇੰਡੀਆ, ਐਂ ਜੇ ਕੁਛ ਸੀਗਾ। ਥੰਬਨੇਲ ਲਾਇਆ ਹੋਇਆ ਸੀ, ਜਹਾਜ਼ਾਂ ਦੇ ਉੱਤੇ ਹੀ ਖੜ ਜਾਂਦੇ ਆ ਵਿਚਾਰੇ, ਇਹ ਖੜ ਕੇ ਜਾਂਦੇ, ਇਹਨਾਂ ਨੂੰ ਸੀਟ ਨਹੀਂ ਮਿਲਦੀ ਅੰਦਰ, ਬਾਰੀਆਂ 'ਤੇ ਆਪਦੀਆਂ ਫੋਟੋਆਂ ਲਾ ਦਿੰਦੇ ਜਹਾਜ਼ਾਂ ਦੇ ਉੱਤੇ। ਏਅਰਪੋਰਟ ਪੋਰਟ ਦੀ ਚੱਕ ਕੇ ਲਾ ਰੱਖੀ ਸੀ, ਐਡਾ ਬੁੱਗ ਦਿਮਾਗ ਬੰਦਾ ਨਾ ਯਾਰ, ਕੋਈ ਨਹੀਂ ਚਾਹੁੰਦਾ ਤੈਨੂੰ ਗਾਲ ਕੱਢੀ ਅਸੀਂ, ਪਰ ਤੇਰੇ ਖਾਮੀ ਗਾਲਾਂ ਵਾਲੇ ਆ। ਮੈਂ ਕਿਤੇ ਚੱਲ ਗਿਆ ਹੋਊਗਾ, ਮੈਂ ਵਲੋਗ ਖੋਲ੍ਹਿਆ ਅਤੇ ਉਹ ਆਵਾਜ਼ ਹੀ ਪੱਟ ਜਾਈ ਜਾਵੇ, ਮੈਂ ਕਿਹਾ ਇਹਦਾ ਕੀ ਰੋਮਾਂਚਿਕ ਕਰਨਾ, ਇਹਦਾ ਆਪਦਾ ਹੀ ਮੱਥਾ ਖਰਾਬ ਹੋਊਗਾ, ਲੋਕਾਂ ਨੂੰ ਤਾਂ ਕਰਨਾ ਹੀ ਕੀ ਹੈ। ਸੋ ਹੁਣ ਭਾਅ ਜੀ ਕਹਿੰਦੇ ਮਿੰਨੀ ਸਵਿਜ਼ਰਲੈਂਡ, ਕੀ ਯਾਰ ਸਰਪ੍ਰਾਈਜ਼, ਮਿੰਨੀ ਸਵਿਜ਼ਰਲੈਂਡ, ਇੰਗਲੈਂਡ ਨਹੀਂ ਗਏ ਤਾਂ ਸਵਿਜ਼ਰਲੈਂਡ ਹੀ ਸਹੀ, ਸਵਿਜ਼ਰਲੈਂਡ ਸੀ, ਬਾਏ ਬਾਏ ਇੰਡੀਆ। ਸਵਿਜ਼ਰਲੈਂਡ ਚੱਲਿਆ ਕਿ ਮਿੰਨੀ ਸਵਿਜ਼ਰਲੈਂਡ ਚੱਲਿਆ, ਇਹ ਇੰਡੀਆ ਬਾਏ ਬਾਏ ਆ ਕਿ ਇੰਡੀਆ ਦੇ ਵਿੱਚ, ਇਹ ਇੰਡੀਆ 'ਚ ਕਿਤੇ ਘੁੰਮੂਗਾ ਮਾੜਾ ਮੋਟਾ ਤਾਂ ਪਤਾ ਨਹੀਂ, ਵੈਸੇ ਤਾਂ ਘਰੇ ਹੀ ਰਹਿੰਦਾ, ਇਹ ਪਲਾਟਾਂ 'ਚ ਘੁੰਮਦਾ ਆਪਦੇ ਆਸੇ ਪਾਸੇ ਬੂਟੀਆਂ 'ਚ। ਮੋਸਟ ਐਕਸਪੈਂਸਿਵ ਸਿਟੀ ਇਨ ਦਾ ਵਰਲਡ, ਉਹ ਐਕਸਪੈਂਸਿਵ ਮੇਰਾ ਵੀ ਅੜ ਗਿਆ ਸੀ, ਐਮ ਟੀ ਟਿਟਲ ਕੀ ਲਿਖਿਆ ਪਤਾ ਨਹੀਂ ਕੀ ਲਿਖਿਆ, ਪਲੱਸ ਦਾ ਨਿਸ਼ਾਨ। ਆਓ ਵੇਖੀ ਕੀ ਕਹਿੰਦੇ ਆ। ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਘੈਂਟ ਹੋਵੋਗੇ। ਵੈਲਕਮ ਟੂ ਇੱਕ ਹੋਰ ਘੈਂਟ ਜਿਹਾ ਵਲੌਗ, ਤੇ ਅੱਜ ਆਪਾਂ ਕਰਨ ਲੱਗੇ ਆ ਪੈਕਿੰਗ। ਇੰਨਾ ਕੌਨਫੀਡੈਂਸ ਕੌਣ ਦਿੰਦਾ ਤੁਹਾਨੂੰ? ਵੈਲਕਮ ਟੂ ਹੋਰ ਘੈਂਟ ਜਿਹਾ ਵਲੌਗ, ਆਹ ਘੈਂਟ ਹੁੰਦਾ, ਵੇਖਦੇ ਹਾਂ ਇਹਦੇ 'ਚ ਕੀ ਆ। ਤੁਸੀਂ ਆਪਾਂ ਲਓ ਜੀ 27 ਮਿੰਟਾਂ ਦਾ ਵਲੌਗ, ਸਾਲੇ ਵਲੌਗ ਕਾਹਦੇ ਪੋਡਕਾਸਟਾਂ ਹੀ ਪਾਉਂਦੇ ਆ। ਤਾਂ ਪੈਕਿੰਗ ਕਾਹਦੇ ਲਈ ਕਰਨ ਲੱਗੇ ਹਾਂ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਮਿੰਨੀ ਸਵਿਟਜ਼ਰਲੈਂਡ ਦੀ ਹੋਣ ਲੱਗੀ ਆ ਤਿਆਰੀ, ਤੇ ਸਾਰੇ ਸਵਿਟਜ਼ਰਲੈਂਡ ਦੀ ਵਲੌਗਿੰਗ ਕਰੂਗੀ ਮਿਸਿਸ ਬਾਬਾ। ਇਹ ਜਾਊਗੀ ਕਿ ਨਹੀਂ ਜਾਂਦੀ? ਤੋਰ ਲੋ, ਮਗਰੇ ਉਹ ਵੀ ਤੁਰ ਜੂਗਾ। ਚੱਲ ਆਈਪ੍ਰੀਤ ਸੰਧੂ ਵਾਸਤੇ ਵਲੌਗ ਬਣਾਓ, ਆਪਦੇ ਆਪਦੇ ਵਲੌਗ। ਨਾ ਇਹ ਕਹਿੰਦੀ ਤੂੰ ਮੈਨੂੰ ਪੈਸੇ ਨੀ ਦਿੰਦਾ, ਦਿਵਾਲੇ ਇਹ ਨੀ, ਮੈਂ ਆਪਦੇ ਨਾਰ ਤੇ ਚੱਕਰੀਆਂ ਅੱਡੀ ਲੈ ਕੇ ਆਵਾਂਗੇ, ਤੇਰੇ ਕੋਲ ਨਹੀਂ ਲੈਣੇ ਪਟਾਕਿਆਂ ਪਹਿਲੇ। ਓਏ ਤੈਨੂੰ ਸਾਰੀ ਉਮਰ ਨਾ ਅਕਲ ਆਈ, ਛਿੱਤਰ ਨਾ ਖਾ ਲਈ, ਹੋਰ ਤੂੰ ਕਰ ਵੀ ਕੀ ਸਕਦਾ ਜ਼ਿੰਦਗੀ, ਜਨਾਨੀ ਕੁੱਟਣ ਤੋਂ ਸਵਾ ਜਾਂ ਜਨਾਨੀ ਨੂੰ ਧਮਕਾਉਣ ਤੋਂ ਸਵਾ ਛਿੱਤਰ ਨਾ ਖਾ ਲਈ। ਇਹ ਕੀ ਨਵੀਂ ਡਿਸ਼ ਆ, ਅੱਗੇ ਵੀ ਬਥੇਰੇ ਖਾਧੇ ਹੋਣੇ ਵਿਚਾਰੀ ਨੇ, ਜਿਹੋ ਜਿਹੇ ਤੇਰੇ ਲੱਛਣ। ਯਾਰ ਪ੍ਰੀਤ ਦੀ ਮੰਮੀ ਨਹੀਂ ਕਹਿੰਦੀ ਵੀ ਤੈਨੂੰ ਬੋਲਣ ਦੀ ਅਕਲ ਨਹੀਂ, ਕਿ ਸਾਡਾ ਜਵਾਈ ਵਾਕਈ ਠੀਕ ਆ, ਉਹ ਵੀ ਕਹਿੰਦੇ ਹੋਣੇ ਆ ਯਾਰ ਕੀ ਕਰੀਏ, ਸ਼ੁਕਰ ਕਰੋ। ਉੱਥੇ ਮੈਂ ਬਣਾਉਂਗੀ ਉਹ ਚੀਜ਼ਾਂ ਜੋ ਆਪਾਂ ਮਤਲਬ ਹੱਥ ਨਾਲ ਮਤਲਬ ਕੁਛ ਵੀ ਬਣਾਇਆ ਕਰਾਂਗੇ, ਉਹਦੀ ਰੈਸਿਪੀ ਕੁਛ ਵੀ ਜੋ ਵੀ ਮਤਲਬ ਮੈਨੂੰ ਲੱਗੂਗਾ ਕਿ ਸੰਦੀਪ ਦਾ ਵਲੌਗ ਵੱਡਾ ਹੋ ਰਿਹਾ ਆ ਤਾਂ ਆਪਾਂ ਉਹ ਵਾਲੀ ਮਤਲਬ ਅਕਾਊਂਟ ਦੇ ਉੱਤੇ ਪਾਵਾਂਗੇ ਉਹ ਵਾਲੀ। ਸੰਦੀਪ ਦਾ ਵਲੌਗ ਵੱਡਾ ਹੋ ਰਿਹਾ, ਸੰਦੀਪ ਦਾ ਵਲੌਗ ਉਦਾਂ ਨਹੀਂ ਪੂਰਾ ਹੁੰਦਾ, ਸੰਦੀਪ 15 ਮਿੰਟ ਤੱਕ ਕਿੱਟੂ ਨਾਲ ਹੀ ਖੇਡਦਾ ਰਹਿੰਦਾ, ਕਦੇ ਗਲੀ ਦੇ ਜਵਾਕਾਂ ਨੂੰ ਫੜ ਲੈਂਦਾ, ਕਦੇ ਝਾੜੀਆਂ 'ਚ ਸਪਰੇ ਜੀ ਛਿੜਕਣ ਚੱਲ ਜਾਂਦਾ, ਸੰਦੀਪ ਦਾ ਵਲੌਗ ਕਿੱਥੇ ਵੱਡਾ ਹੋਈ ਜਾਂਦਾ, ਸੰਦੀਪ ਦਾ ਵਲੌਗ ਆਪਦਾ ਤਾਂ ਤੂੰ। ਚਲੋ ਚੈਨਲ ਦੇ ਉੱਤੇ ਪਾਵਾਂਗੇ ਤੇ ਆਪਣੀ ਕਿੱਟੂ ਖੇਡਦੀ ਹੋਈ ਗੱਲ। ਹਾਂਜੀ ਆਏ ਹੁੰਦਾ ਤੁਹਾਡਾ ਵਲੌਗ ਪੂਰਾ। ਕਿੱਟੂ ਜੀ ਤੁਸੀਂ ਦਾਦੀ ਘਰ ਜਾਣਾ ਹੈ? ਕੀਰਤ ਪੁੱਤ ਤੁਸੀਂ ਦਾਦੀ ਮੰਮਾ ਘਰ ਚੱਲੇ ਹੋ ਹੈ? ਸਪੈਸ਼ਲ ਬੁਲਾਇਆ ਉਹਨੂੰ, ਕੱਟ ਲਾ ਕੇ ਆ ਇੱਥੇ ਵਲੌਗ ਬਣਾ ਸਾਡਾ, ਦਾਦੂ ਘਰ ਦੇਖ ਲਾ ਹੈ। ਜਾਣਾ ਹੈ? ਨੋ ਪਤਾ ਨਹੀਂ ਇਹਨੂੰ ਕੀ ਹੋ ਗਿਆ, ਸਵੇਰ ਦੀ ਪਤਾ ਨਹੀਂ ਲੱਗਦਾ, ਯੈਸ ਕਿ ਨੋ। ਜਾਣਾ ਹੈ, ਜਾਣਾ ਹੈ ਦਾਦੂ ਘਰ ਜਾਣਾ ਹੈ, ਤੇ ਹੁਣ ਇਹ ਕਹਿ ਰਹੀ ਹੈਗੀ ਹੈ ਕਿ ਨਹੀਂ 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 ਇਹਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ, ਜਾਣਾ ਵਾ ਕਿ ਨਹੀਂ, ਗੱਲ ਕਿੱਥੇ ਜਾ। ਜ਼ਿੰਦਗੀ 'ਚ ਸਿਰਫ ਰਿੰਗ ਲਾਈਟ ਇੰਪੋਰਟੈਂਟ ਹੈ, ਹੋਰ ਕੁਛ ਨਹੀਂ ਗਾ। ਰਿੰਗ ਲਾਈਟ ਛੱਡ ਲਓ ਪਹਿਲਾਂ, ਕਮਾਲ ਦੀ ਗੱਲ ਹੈ ਵੈਸੇ, ਸਾਰਾ ਦਿਨ ਹੀ ਚੱਲਦੀ ਰਹਿੰਦੀ ਰਿੰਗ ਲਾਈਟ 'ਤੇ ਇਹਨਾਂ ਦੀ, ਬੱਲਬ ਚੱਲੇ ਨਾ ਚੱਲੇ, ਰਿੰਗ ਲਾਈਟ ਜੂ ਚੱਲੇ। ਤੁਸੀਂ ਆਪ ਹੀ ਕੀਤਾ ਹੋਣਾ, ਆਪ ਜਿੱਪਾਂ ਖੋਲੀਆਂ ਬੈਗ ਦੀਆਂ। ਆਪਾਂ ਚੱਲੇ ਹਾਂ ਜੀ ਕਿਰਤ ਦੀ ਦਾਦੀ ਮੰਮਾ ਦੇ ਘਰ ਤੇ, ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ। ਆਹ ਵੇਖ ਲਓ ਸੰਦੀਪ ਨੇ ਆਪਣੇ ਨਵੇਂ ਨਵੇਂ ਸਾਰੇ ਟਰੈਕ ਸੂਟ ਕੱਢ ਲਏ ਹੋਏ ਆ ਤੇ ਕਰਦੇ ਪਏ ਆ ਬਸ ਯਾਰ। ਤੂੰ ਆਪ ਤਾਂ ਜਾਂਦੀ ਨਹੀਂ ਦਾਦੀ ਘਰੇ, ਤੁਸੀਂ ਆਪਣੇ ਕੱਪੜੇ ਸਭ ਤੋਂ ਉੱਪਰ ਪਾਇਓ, ਮੇਰੇ ਕੱਪੜੇ ਨੀਚੇ ਪਾਇਓ। ਤੇਰੇ ਕੱਪੜੇ ਨੀਚੇ ਕਿਉਂ ਪਾਉਣੇ ਆ, ਉੱਤੇ ਕੀ ਤੇਰੇ ਕੱਪੜੇ ਨੂੰ ਉੱਲੀ ਲੱਗਦੀ ਹੈ? ਲੱਛਣਾ ਜ਼ਰੂਰ ਆਏ ਹਨ ਕੱਪੜੇ ਪਾਣੇ ਦਾ। ਮੈਨੂੰ ਤਾਂ ਨਹੀਂ ਲੱਗਦਾ ਇਹ ਜਾਣਗੇ ਜਿਸ ਹਿਸਾਬ ਦੇ ਲੱਛਣ ਇਹਨਾਂ ਦੇ, ਅਗਾਂਹ ਵਾਲੇ ਹੁਣ ਸਾਰੇ ਪ੍ਰੋਗਰਾਮ ਰੋਮਾਂਚਕ ਹੀ ਹੋਣਗੇ, ਮੈਨੂੰ ਪਤਾ ਹੈ, ਕਿਉਂਕਿ ਇਹਨਾਂ ਨੇ ਭਕਾਈ ਮਾਰਨੀ ਆ। ਪਹਿਲਾਂ ਕਹਿੰਦਾ ਮਿੰਨੀ ਸਵਿਜ਼ਰਲੈਂਡ, ਉੱਥੇ ਲਿਖੀ ਜਾਂਦਾ ਬਾਏ ਇੰਗਲੈਂਡ ਨਹੀਂ ਗਈ ਤਾਂ ਸਵਿਜ਼ਰਲੈਂਡ, ਉਹ ਸਵਿਜ਼ਰਲੈਂਡ ਹੈ ਕਿ ਮਿੰਨੀ ਸਵਿਜ਼ਰਲੈਂਡ ਹੈ? ਬਾਏ ਬਾਏ ਇੰਡੀਆ, ਕਦ ਤੇ ਜਾਊਂਗੇ ਕਾਰ 'ਤੇ?
ਪਾਸਪੋਰਟ ਤਾਂ ਮੰਮੀ ਵੱਲ ਪਏ ਆ। ਚੱਲ ਮੰਮੀ ਕੀ ਕਮੇਟੀਆਂ ਲਿਖਦੀ ਹੈ ਪਾਸਪੋਰਟ 'ਤੇ? ਪਾਸਪੋਰਟ ਓਏ ਤੁਹਾਡੇ ਵਰਗਾ ਮੰਮੀ ਨੂੰ ਥੁੱਕ ਨਾ ਦੇਵੇ, ਤੁਸੀਂ ਪਾਸਪੋਰਟ ਕਿਵੇਂ ਫੜਾਈ ਬੈਠੇ ਹੋ? ਪਾਸਪੋਰਟ ਤੋਂ ਮੰਮੀ ਵੱਲ ਪਏ, ਤੇਰੇ ਵਰਗੀ ਤਾਂ ਉਹੀ ਨਾ ਫੜਾਵੇ ਕਿਸੇ ਨੂੰ ਚੀਜ਼। ਚੈਨੀਆਂ ਖੋ ਖੋ ਖਾ ਗਈ ਅਤੇ ਚੱਲ ਫਿਰ ਆਖਣਗੇ ਪੁੱਠਾ ਬੋਲਦਾ, ਪਾਸਪੋਰਟ ਤਾਂ ਮੰਮੀ ਵੱਲ ਪਏ ਆ। ਮੰਮੀ ਕੀ ਮਹੱਲੇਦਾਰ ਕੂੜੇ ਵਾਲੇ ਹਿਸਾਬ ਲਿਖਦੀ ਆ, 50 ਗਏ ਸੀ 50 ਪਏ ਆ, ਕਿ ਇਹ ਪਹਿਰੇਦਾਰ ਦਾ ਵੀ ਲਿਖਦੀ? ਮੰਮੀ ਨੇ ਲਾ ਤੇ ਹੋਣੇ ਕਮੇਟੀਆਂ 'ਚ ਉਹ ਪਾਸਪੋਰਟ ਤੁਹਾਡੇ। ਕਹਿੰਦੀ ਮੇਰੇ ਕੱਪੜੇ ਤਾਂ ਇੱਥੇ ਪਏ ਆ, ਉਹਦੇ ਬੈਗ ਨੂੰ ਪਹਿਲਾਂ ਹੀ ਪੈਕ ਕਰਤਾ ਵਾ, ਕਿਉਂਕਿ ਬੱਚੇ ਦੀ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਆ। ਅੱਛਾ, ਸਭ ਤੋਂ ਪਹਿਲਾਂ ਆ ਗਈ ਆ ਟਾਟ ਸਾਡੇ ਜ਼ਰੂਰੀ ਆ ਤੇ ਗਾਇਜ਼ ਆਪਾਂ ਮਿਲਦੇ ਹੁਣ ਤਾਂ। ਅਰੇ ਯਾਰ ਤੂੰ ਬੜਾ ਟਾਈਮ ਲਾ ਲਈ ਗੱਲ। ਚਲੋ ਜੀ ਬਾਕੀ ਪੈਕਿੰਗ ਸ਼ੁਰੂ ਹੁੰਦੀ ਪਈ, ਵੇਖਦੇ ਕਿੱਥੇ ਚੱਲੇ ਆ। ਸ਼ੁਕਰ ਆ ਇਹ ਨਾ ਹੋਵੇ ਬੈਗ 'ਚ ਕੱਪੜੇ ਪਾ ਕੇ ਪਲਾਟਾਂ 'ਚ ਗੇੜਾ ਕੱਢ ਕੇ ਵਾਪਸ ਆ ਜੇ ਘੁੰਮ ਲਈ ਕਿਤੇ। ਭਰਾਵਾ ਮਨਾਲੀ ਮਨੁਲੀ ਚੱਲ ਜਾ, ਇੰਨੇ ਗਾਪਾਂ ਮਾਰੀਏ ਨੇ ਇੰਨੇ ਦਿਨਾਂ ਦਾ। ਮੈਨੂੰ ਤਾਂ ਨਹੀਂ ਲੱਗਦਾ ਇਹ ਜਾਣਗੇ ਜਿਸ ਹਿਸਾਬ ਦੇ ਲੱਛਣ। ਇਹਨਾਂ 'ਚ ਇੱਕੋ ਚੀਜ਼ ਦੀ ਕਮੀ ਹੈ, ਬੈਲੈਂਸ ਦੀ। ਜ਼ਿੰਦਗੀ ਬੈਲੈਂਸ ਨਹੀਂ ਇਹਨਾਂ ਦੀ, ਬੋਲਣ ਦੀ ਅਕਲ ਨਹੀਂ ਗੀ, ਚਾਹੇ ਮਜ਼ਾਕ 'ਚ ਹੀ ਹੈ ਫਿਰ ਗੁੱਸਾ ਲੱਗ ਜਾਂਦਾ, ਫਿਰ ਵਲੌਗ ਨਹੀਂ ਆਉਂਦੇ। ਠੰਡ ਹੋਊਗੀ ਉੱਥੇ, ਗਰਮੀ ਪੈਂਦੀ ਆ ਇੱਥੇ, ਠੰਡ ਹੋ ਗਈ ਹੁਣ ਤਾਂ। ਹੁੱਡੀ ਪਾ ਜਾਂਦੀ ਰਾਤ ਨੂੰ, ਗੱਲ ਵੇ ਮੇਰਾ ਘਰ ਵਾਲਾ ਕਿੰਨਾ ਮੋਟੇ ਦਿਮਾਗ ਦਾ। ਹੁੱਡੀ ਸ਼ੁਕਰ ਆ ਤੂੰ ਆਪਦੇ ਮੂੰਹੋਂ ਆ ਕੇ, ਵੈਸੇ ਤਾਂ ਤੂੰ ਬਹੁਤ ਵਾਰੀ ਆਖਿਆ ਕਿੰਨਾ ਮੋਟੇ ਦਿਮਾਗ ਦਿਮਾਗ ਹੈ ਹੀ ਨਹੀਂ। ਕਾਸ਼ ਕੋਈ ਬੰਦਾ ਇਹਦੀ ਫੀਸ ਭਰ ਕੇ ਵਧੀਆ ਸਕੂਲ 'ਚ ਪੜ੍ਹਾ ਦਿੰਦਾ ਇਹਨੂੰ। ਓ ਭਰਾਵਾ ਪਜਾਮਾ ਸੋਹਣਾ ਵਾ ਦੇ ਦਿੰਦੀ ਸ਼ਾਈਨੀ ਸ਼ਾਈਨੀ, ਤੈਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਰਹਿੰਦੀ ਆ। ਬੂਟ ਨਹੀਂ ਬੈਗ 'ਚ ਪਾਣੇ, ਬੂਟ ਆਪਣੇ ਇੱਦਾਂ ਹੀ ਰੱਖ ਲਓ ਗੱਡੀ 'ਚ, ਬਕਸਿਆਂ 'ਚ ਇਹ ਤਾਂ ਤੇਰੇ ਨਾਲ ਹੀ ਭਰ ਗਿਆ ਬੈਗ, ਡੱਬੇ 'ਚ ਨਾ ਰੱਖਿਓ। ਇਹ ਨਾ ਮੇਰੀ ਕੁੜੀ ਲਹੂ ਪੀ ਲਿਆ, ਮੇਰੀ ਜੀਨ ਦੀ ਪੈਂਟ ਕੋਈ ਨਹੀਂ ਰੱਖੂਗੀ, ਕੱਢੋ ਨਾ। ਹਾਂਜੀ ਤੇ ਗਾਇਜ਼ ਆਪਾਂ ਸੱਚੀ ਨਿਕਲ ਗਏ ਟੋਲ 'ਚੋਂ, ਨਿਕਲ ਚੁੱਕੇ ਆ। ਚੱਲ ਰਕਸ਼ਾ ਲੈ ਲੈਂਦੇ, ਉਹ ਟੱਪ ਜਾਂਦੇ ਇੱਥੋਂ, ਫ੍ਰੀ ਵਾਲੇ ਟੋਲ 'ਚ ਨਿਕਲ ਚੁੱਕੇ ਹਾਂ। ਮੈਂ ਕਿਤੇ ਹਾਰਨ ਹੋਰਨ ਮਾਰੋਂਗੇ ਤੁਹਾਨੂੰ ਖੋਲਣਗੇ ਟੋਲ ਫ੍ਰੀ ਵਾਲੇ ਟੋਲ 'ਚ। ਇਹ ਕੀ ਬਦਰੀ ਵਾਲਾ ਕੰਮ ਹੈ ਦੱਸ? ਮਤਲਬ ਮੈਂ ਕਿਹਾ ਦਿਖਾ ਦਈਏ ਕਿ ਫ੍ਰੀ ਵਾਲੀ ਲਾਈਨ 'ਚੋਂ ਨਿਕਲਦੇ ਪਏ ਹਾਂ, ਟੋਲ ਟੂਲ ਆਪਾਂ ਨੂੰ ਦੇਣ ਦੀ ਲੋੜ ਨਹੀਂ ਪੈਂਦੀ। ਕਿਸ਼ਤਾਂ ਤੁਹਾਡੇ ਕੋਲ ਫੋਨ ਦੀਆਂ ਲਈ ਨਹੀਂ ਜਾਂਦੀਆਂ, ਟੋਲ ਟੂਲ ਦੇਣ ਦੀ ਲੋੜ ਨਹੀਂ ਪੈਂਦੀ, ਮਿੰਡਾਂ ਕਰੀਦੀਆਂ ਪੈਰੀ ਹੱਥ ਲਾ ਕੇ। ਗੱਲ ਇਹ ਸਵਿਟਜ਼ਰਲੈਂਡ ਚੱਲੀ ਆ, ਮੈਨੂੰ ਲੱਗਦਾ ਲੋਹੜੀ ਮਨਾਉਣ ਚੱਲੇ ਹੋ ਕਿਤੇ, ਪਲਕਾਰੀ ਜੀ ਤਾਂ ਵੇਖ ਲਈ। ਤੇ ਹੋਰ ਜ਼ਿਆਦਾ ਚੋੜ ਨਾ ਕਰਾਂ, ਹੋਰ ਅੱਗੇ ਜਾ ਕੇ ਅਗਲੇ ਰੋਕ ਲਵੇ, ਅਗਲਾ ਕਵੇ ਲੈ ਸਹੀ ਗੱਲ ਆ ਜਾ ਤੈਨੂੰ ਕੱਢਦੇ ਜਿਹੜੀ ਤੋਂ ਵੀਡੀਓ ਬਣਾਉਂਦੀ ਜਿਹੜੀ ਤੋਂ ਵੱਡੀ ਆਈ ਵੀਡੀਓ ਬਣਾਉਣ ਵਾਲੀ। ਹਾਂਜੀ ਤੇ ਗਾਇਜ਼ ਆਪਾਂ ਨਿਕਲ ਚੁੱਕੇ ਆ ਇੱਥੋਂ ਦੀ ਅੰਮ੍ਰਿਤਸਰ ਵੱਲ ਨੂੰ, ਤੇ ਪੈਕਿੰਗ ਤੁਸੀਂ ਦੇਖਦੀ ਆ ਤੇ ਸਮਾਨ ਤੁਸੀਂ ਦੇਖ ਸਕਦੇ ਪਿੱਛੇ ਕਿੱਦਾਂ ਖਲਾਰਾ ਪਿਆ ਆ। ਤੇ ਆਪਾਂ ਅੰਮ੍ਰਿਤਸਰ ਵੱਲ ਨੂੰ, ਅੰਮ੍ਰਿਤਸਰ ਚੱਲੇ ਹੋ ਕੇ ਅੰਮ੍ਰਿਤਸਰ ਏਅਰਪੋਰਟ ਤੋਂ, ਸਵਿਟਜ਼ਰਲੈਂਡ ਟਾਈਮ ਵਾਕਈ ਸਵਿਟਜ਼ਰਲੈਂਡ ਚੱਲੇ ਹੋ ਕੇ? ਨਹੀਂ ਨਹੀਂ ਅੱਜ ਜਾਵਾਂਗੇ, ਇੱਥੇ ਕਿਤੇ ਜਾਣਗੇ ਧੱਕੇ ਖਾਣ, ਤੇ ਅੰਮ੍ਰਿਤਸਰ ਸਟੇ ਕਰਾਂਗੇ ਤੇ ਫੇਰ ਕੱਲ ਨੂੰ ਮਾਰਨਿੰਗ ਜਾਵਾਂਗੇ ਆਪਾਂ ਫਲੈਟ ਫੜ ਕੇ ਮਿੰਨੀ ਸਵਿਟਜ਼ਰਲੈਂਡ ਵੱਲ। ਫਲੈਟ ਨਹੀਂ ਹੁੰਦੀ ਫਲਾਈਟ ਹੁੰਦੀ ਆ, ਕਹਿੰਦਾ ਫਲੈਟ ਫੜ ਕੇ ਜਾਵਾਂਗੇ। ਇਹਨੂੰ ਬਾੜੋ ਮੋਹਾਲੀ 'ਚ ਕਿਸੇ ਸੈਕਟਰ 'ਚ, 88 ਸੈਕਟਰ ਭੇਜਾਂ ਤੈਨੂੰ ਫਲੈਟ 'ਚ, ਫਲੈਟ ਫੜ ਕੇ ਚੱਲ। ਫੜ ਹੀ ਸਕਦਾ ਤੂੰ ਫਲੈਟ 'ਚ, ਬਹਿ ਨਹੀਂ ਸਕਦਾ ਕਿਉਂਕਿ ਤੇਰਾ ਔਖਾ ਨਾ ਰੌਲਾ ਥੋੜ੍ਹਾ ਜਿਹਾ, ਯੂ ਨੋ ਰਿਸਕੀ ਮਾਹੌਲ ਹੋ ਜਾਂਦਾ। ਫਲੈਟ ਫੜ ਕੇ ਜੀ ਸੁਣ ਲਓ ਜੀ, ਤੇ ਗਾਇਜ਼ ਹਨਾ ਅਕੀਰਤ ਨੂੰ ਆਪਾਂ ਛੱਡ ਦਿੱਤਾ ਆ ਦਾਦੀ ਮੰਮਾ ਘਰ, ਤੇ ਬਰੂਨੋ ਨੂੰ ਛੱਡ ਦਿੱਤਾ ਆ ਆਪਾਂ ਮੇਰੇ ਮੰਮੀ ਹੁਣਾਂ ਹੱਲ, ਤੇ ਅਕੀਰਤ ਨੂੰ ਕਿਉਂ ਨਹੀਂ ਨਾਲ ਲੈ ਕੇ ਚੱਲੇ, ਕੀਰਤ ਨੂੰ ਨਹੀਂ ਨਾਲ ਲੈ ਕੇ ਚੱਲੇ ਤਾਂ ਕਿਉਂਕਿ ਕੀਰਤ ਜਦੋਂ ਨਿੱਕੀ ਸੀਗੀ ਉਦੋਂ ਆਪਾਂ ਨੂੰ ਲੈ ਕੇ ਗਏ ਸੀਗੇ ਰਤਾਂਗ ਦੇ ਟ੍ਰਿਪ ਵਿੱਚ, ਤੇ ਰਤਾਂਗ ਦੇ ਟ੍ਰਿਪ ਵਿੱਚ ਜਦੋਂ ਆਪਾਂ ਗਏ ਤੇ ਉਦੋਂ ਮਤਲਬ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ, ਨਾ ਉਹ ਖਾਂਸੀ ਹੋਈ, ਰੇਸ਼ਾ ਹੋਈ, ਕੁਛ ਨਹੀਂ ਹੋਇਆ ਉਹਨੂੰ। ਬਟ ਇਸ ਵਾਰੀ ਉਹਨੂੰ ਹਨਾ ਜਿੱਦਾਂ ਜਿੱਦਾਂ ਸਰਦੀ ਆਈ ਆ ਉਦਾਂ ਉਦਾਂ ਉਹ ਠੀਕ ਸੀਗੀ, ਬਟ ਹੁਣ ਜਿੱਦਾਂ ਮਤਲਬ ਥੋੜ੍ਹਾ ਜਿਹਾ ਮੌਸਮ ਠੀਕ ਹੋਇਆ ਵਾ ਤਾਂ ਉਹ ਬਿਮਾਰ ਹੋ ਗਈ ਆ। ਇੰਨਾ ਲੰਬਾ ਤਾਂ ਸਾਲਾ ਡਾਕਟਰ ਵੀ ਨਹੀਂ ਬੋਲਦਾ ਕਦੇ, ਜਿੱਦਾਂ 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 ਸਰਦੀ ਆਈ ਹੈ ਜਿੱਦਾਂ ਜਿੱਦਾਂ ਰੋਮਾਂਤਕ ਜਿੱਥੇ ਮਰਜ਼ੀ ਲੈ ਕੇ ਗਏ ਹੋ ਕਹਿ ਦਿਓ ਕਿਰਤ ਠੀਕ ਨਹੀਂ ਹੁੰਦੀ, ਸਿਹਤ ਠੀਕ ਨਹੀਂ ਰਹਿਣੀ ਜਿੱਥੇ ਅਸੀਂ ਚੱਲੇ ਹਾਂ ਰਤਾਂਗ। ਚਲੋ ਕਿਹਾ ਸੀ ਨਾ ਉੱਧਰ ਨੂੰ ਜਾਣਗੇ ਕਿਸੇ ਪਾਸੇ, ਬਾਕੀ ਵੇਖੋ ਇਹਨਾਂ ਦਾ ਕੁਛ ਨਹੀਂ ਪਤਾ, ਫਲਾਈਟ ਵੀ ਫੜ ਸਕਦੇ ਆ, ਪ੍ਰਾਈਵੇਟ ਜੈਟ ਨੇ ਇਹਨਾਂ ਕੋਲੇ ਤਾਂ। ਜਦੋਂ ਅਸੀਂ ਸਾਰੇ ਠੀਕ ਹੋ ਗਏ ਹਾਂ ਤੇ ਹੁਣ ਤਾਂ ਕਰਕੇ ਉਹਨੂੰ ਲੈ ਕੇ ਨਹੀਂ ਚੱਲੇ ਕਿਉਂਕਿ ਉਹ ਇੱਕ ਤਾਂ ਭੱਜਦੀ ਆ ਬਾਹਰ ਵੱਲ ਨੂੰ ਜ਼ਿਆਦਾ,
ਬਾਰੀ ਖੋਲ੍ਹ ਕੇ ਨਿਕਲ ਜਾਂਦੀ ਕਾਰ ਦੇ ਬਾਹਰ, ਕੋਈ ਬਹਾਨਾ ਤਾਂ ਚੱਜ ਦਾ ਲਾ ਲਿਆ ਕਰੋ, ਐਂ ਆਖਦਿਆ ਕਰੋ ਮੌਸਮ ਨਹੀਂ ਸਹੀ ਜਾਂ ਅਸੀਂ ਆਪਦੀ ਇੰਜੋਇਮੈਂਟ ਕਰਨੀ, ਅਸੀਂ ਜਵਾਕ ਖੇਤੀ ਕਰ ਲਿਆ, ਹੁੰਦਾ ਕਈਆਂ 'ਚ ਇੱਦਾਂ। ਹਰੇਕ ਮੈਂ ਆਖਦਾ ਨਾ ਹਰੇਕ ਚੀਜ਼ ਟਾਈਮ ਟੂ ਟਾਈਮ ਹੁੰਦੀ ਹੈ। ਇਹ ਇਹ ਤਾਂ ਚਲੋ ਆਪਾਂ ਰੱਬ ਦੇ ਰੰਗ ਆਖਦੇ ਹਾਂ, ਉੱਥੇ ਠੀਕ ਹੈ ਤੁਸੀਂ ਆਖਦੇ ਹੋ, ਵਧੀਆ ਗੱਲ ਹੈ ਤੁਹਾਡਾ ਰਿਲੇਸ਼ਨ ਸੀਗਾ, ਪਰ ਹਰੇਕ ਚੀਜ਼ ਟਾਈਮ ਟੂ ਟਾਈਮ ਹੁੰਦੀ ਹੈ। ਲਾਈਫ ਨੂੰ ਪਹਿਲਾਂ ਸੈੱਟ ਕਰੋ, ਚਾਰ ਪੈਸੇ ਕਮਾਓ, ਜੋੜੋ, ਜਵਾਕ ਵੀ ਆਖੋ ਕੀ ਯਾਰ ਮੈਂ ਕਿੱਧਰ ਨੰਗਾ ਘਰ ਆ ਗਿਆ, ਡੈਡੀ ਤਾਂ ਮੇਰਾ ਬਾਹਰ ਬੂਟੀਆਂ ਕੱਟੀ ਜਾਂਦਾ, ਸਮਝਦੇ ਹੋ। ਸੋ ਸੁੱਖ ਜੇ ਆਪ ਔਖੇ ਹੁੰਦੇ ਤਾਂ ਜਵਾਕ ਨੂੰ ਸੁੱਖ ਉਹਦੇ ਦੋ ਜੋ ਚਾਰ ਜੇਬ 'ਚ ਹੋਣ। ਇਹ ਨਹੀਂ ਕਿ ਇਹ ਸ਼ੌਂਕ ਨਹੀਂ ਗਾ ਕੋਈ ਜਵਾਕ ਪਾਲਣਾ, ਜ਼ਿੰਮੇਵਾਰੀ ਹੈ। ਅਤੇ ਦੂਸਰੀ ਗੱਲ ਇਹ ਹੈਗੀ ਕਿ ਉਹ ਠੰਡ ਜ਼ਿਆਦਾ ਵਾ ਤਾਂ ਨਹੀਂ ਲੈ ਕੇ ਚੱਲੇ। ਤੀਸਰੀ ਗੱਲ ਇਹ ਹੈ ਕਿ ਉਹ ਚੱਪਲ ਨਹੀਂ ਪਾਉਂਦੀ ਹੈਗੀ, ਉਹਨੇ ਵਾਰ ਵਾਰ ਕਹੀ ਜਾਣਾ ਮੇਰੀ ਚੱਪਲ ਲਾ ਦਿਓ, ਮੇਰੀ ਚੱਪਲ ਲਾ ਦਿਓ, ਫਿਰ ਤਾਂ ਕਰਕੇ ਉਹਨੂੰ ਲੈ ਕੇ ਨਹੀਂ ਚੱਲੇ ਕਿਉਂਕਿ ਉਹ ਸਿਖਾਇਆ ਕੀ ਹੈ ਫਿਰ ਹੁਣ ਤੱਕ ਜਵਾਕ ਨੂੰ ਚੱਪਲਾਂ ਪਾਉਣੀਆਂ ਤੱਕ ਨਹੀਂ ਸਿਖਾਈਆਂ ਦਾ ਅਸਲ ਹੈ। ਪਾਪਾ ਦੇ ਮਾਰ ਦੇ, ਇਹਨੂੰ ਕਹਿ ਇਹਦੇ ਥੱਪੜ ਮਾਰ, ਮੇਰੀ ਕੁੜੀ ਨੂੰ ਇੱਦਾਂ ਨਾ ਸਿਖਾਓ। ਆਪ ਤਾਂ ਬੜਾ ਚੱਗਾ ਲੱਗਾ ਵਾ ਨਾਕਾ ਤੇ, ਆਪਾਂ ਵੀਡੀਓ ਕਰਦੇ ਆ ਬੰਦ ਤੇ ਵੀਡੀਓ ਥੋੜੀ ਦੇਰ ਤੱਕ ਸਟਾਰਟ ਕਰਦੇ ਆ। ਹੋ ਗਿਆ ਅੱਛਾ, ਚਲੋ ਕੋਈ ਗੱਲ ਨਹੀਂ, ਫੇਰ ਵੀ ਗਾਇਜ਼ ਆਪਾਂ ਹਨਾ ਥੋੜੀ ਦੇਰ ਤੱਕ ਮਿਲ, ਕੋਈ ਗੱਲ ਨਹੀਂ ਗਾਇਜ਼ ਇਹ ਵੀ ਨੌਂ ਵਿਖਾਉਣ ਲੱਗ ਗਈ ਸੁਨੇਹਾ ਵਾਂਗੂ। ਚਲੋ ਵੈਸੇ ਕਮਾਲ ਦੀ ਗੱਲ ਨਾ, ਉਦਾਂ ਨੇ ਜੇਬ 'ਚ ਪੈਸੇ ਨਹੀਂ ਹੁੰਦੇ ਤੇ ਉਹ ਐਕਸਟੈਂਸ਼ਨ ਲਵਾਉਣ ਨੂੰ ਪਤਾ ਨਹੀਂ ਕਿੱਥੋਂ ਵੜ ਕੇ ਆਉਂਦੇ ਆ, ਸਾਰੇ ਹੀ ਐਂ ਕਰਦੇ ਆ। 100-150 ਦੀ ਲੱਗਦੀ ਹੈ ਕਹਿੰਦੇ ਬਾਹਰ ਤਾਂ ਕੈਨੇਡਾ 'ਚ, $100-150 ਦੇ ਮੋਸਟਲੀ ਐਕਸਟੈਂਸ਼ਨ, ਅਤੇ 10 ਮਹੀਨੇ ਨਾ ਲਵਾਓ ਤੁਹਾਡਾ ਫੋਨ ਜੁੜ ਜੇ ਆਈਫੋਨ। ਸੁਨੇਹਾ ਜੀ, ਓ ਸੁਨੇਹਾ ਕੀ ਦੇਖੀਏ, ਅੱਛਾ ਬੰਬ ਬੰਬ ਬੋਲ ਕਿਉਂਕਿ ਇਸ ਵਾਰ ਇਹਨੇ ਦਾਵਾ ਕੀਤਾ ਵਾ ਕਿ ਵਲੋਗਿੰਗ ਕਰੂੰਗੀ ਮੈਂ। ਮੈਂ ਸਟਾਰਟਿੰਗ ਕਰ ਦਿੱਤੀ ਹੈ, ਤੁਸੀਂ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਕਿਹਦੀ ਵਲੋਗਿੰਗ ਵਧੀਆ ਲੱਗਦੀ ਹੈ, ਮੇਰੀ ਕਿ ਇਹਨਾਂ ਦੀ। ਕਿਸੇ ਦੀ ਵੀ ਨਹੀਂ ਸਹੀ ਮਾਇਨੇ 'ਚ, ਜਦੋਂ ਉਹ ਵਲੋਗ ਬਣਾਉਂਦਾ ਉਹ ਤਾਂ ਬਾਹਲਾ ਹੀ ਭੋਰ ਦਿੰਦਾ, ਫਲੈਟ 'ਚ ਜਾਵਾਂਗਾ ਫਲੈਟ 'ਚ, ਅਤੇ ਜਦੋਂ ਤੂੰ ਨਾ ਆਪਦੀ ਕੋਲੀ ਅੱਡ ਲਾਇਆ ਕਰ ਖਾਣ ਪੀਣ ਲੱਗੀ, ਤੂੰ ਵੀ ਜਦੋਂ ਥੋੜ੍ਹਾ ਜੂਠਾ ਖਾ ਲੈਣਾ ਤੇਰਾ ਤੂੰ ਵੀ ਭੁਰਨ ਲੱਗ ਗਈ। ਨਹੀਂ ਮੈਂ ਤੈਨੂੰ ਸਿਆਣੀ ਸਮਝਦਾ ਜਦੋਂ ਤੁਹਾਡੇ ਰਮਾਂਚੀ ਪ੍ਰੋਗਰਾਮ ਪਹਿਲਾਂ ਸ਼ੁਰੂ ਕੀਤੇ, ਮੈਨੂੰ ਐਂ ਨਹੀਂ ਰਿਹਾ, ਮੈਂ ਕਿਹਾ ਸਜਾਣੀ ਹੋਣੀ ਹੈ, ਪਰ ਨਹੀਂ ਇਹ ਵੀ ਗੱਪਾਂ ਦੀ ਪੀਰੀਅਡ ਦੇ ਕਰਦੇ, ਕਹਿੰਦੇ ਕੀ ਜਵਾਈ ਨੂੰ ਕੀ ਆਖੀ ਸਾਡੀ ਤਾਂ ਆਪਦੀ ਕੁੜੀ ਗੱਪ ਜੋੜਨ ਲੱਗੀ ਰਹਿੰਦੀ ਹੈ। ਜਿੱਦਾਂ ਹੀ ਫਿਰ ਤੁਸੀਂ ਜੇ ਜ਼ਿਆਦਾ ਕਮੈਂਟ ਮੇਰੀ ਦੇ ਆਏ ਤਾਂ ਫਿਰ ਮੈਂ ਹੀ ਕਰੂੰਗੀ, ਅਦਰਵਾਈਜ਼ ਇਹੀ ਕਰਨਗੇ, ਕਿਉਂਕਿ ਮੈਨੂੰ ਜ਼ਿਆਦਾ ਮਤਲਬ ਬੋਲਣਾ ਆਉਂਦਾ ਨਹੀਂ ਆ, ਮੈਂ ਬਹੁਤ ਜ਼ਿਆਦਾ ਮਿਸਟੇਕਸ ਕਰਦੀ ਹਾਂ ਬੋਲਣ ਦੇ ਵਿੱਚ, ਅਤੇ ਤਾਂ ਕਰਕੇ ਮੈਂ ਹਨਾ ਬੋਲਣਾ ਨਹੀਂ ਆਉਂਦਾ। ਆਈ ਪ੍ਰਿੰਸ ਸੰਧੂ 'ਤੇ ਵੀਡੀਓ ਨਹੀਂ ਵੇਖੀ ਸੀ ਆਪਦੀ, ਤੋਂ ਕੰਧ ਕੋਲ ਖੜ ਕੇ 15 ਮਿੰਟ ਦੀ ਵੀਡੀਓ ਬਣਾ ਸਕੀ। ਮੇਰੀ ਸੱਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ, ਬੱਚਿਆਂ ਨੇ ਚੱਕਿਆ ਉਹ ਨਹੀਂ ਕੀਤਾ, ਆ ਨਹੀਂ ਕੀਤਾ, ਕੰਫਰਟੇਬਲ ਨਹੀਂ ਹੁੰਦੀ ਬੋਲਣ ਦੇ ਵਿੱਚ, ਵਲੌਗ ਬਣਾਉਣ ਦੇ ਵਿੱਚ, ਕਿਉਂਕਿ ਬੰਦੇ ਦੇ ਮੂੰਹ 'ਚੋਂ ਕਈ ਵਾਰੀ ਕੋਈ ਐਸੀ ਚੀਜ਼ ਨਿਕਲ ਜਾਂਦੀ ਹੈ, ਕਈ ਵਾਰੀ ਉਹ ਹਨਾ ਕਲਿੱਪ ਐਡ ਹੋ ਜਾਂਦੀ ਹੈ ਗਲਤੀ ਦੇ ਨਾਲ, ਫਿਰ ਜੇ ਸਾਰੇ ਮਤਲਬ ਮੇਰੇ ਪਿੱਛੇ ਪੈ ਜਾਊਗੇ ਤਾਂ ਫਿਰ ਮੈਨੂੰ ਮਤਲਬ ਚੰਗਾ ਨਹੀਂ ਲੱਗੂਗਾ। ਮੈਂ ਥੋੜ੍ਹੀ ਮੈਂਟਲੀ ਜ਼ਿਆਦਾ ਹਨਾ ਹਰ ਇੱਕ ਚੀਜ਼ ਨੂੰ ਮੈਂਟਲੀ ਲੈ ਜਾਂਦੀ ਹਾਂ, ਅਤੇ ਉਹ ਚੀਜ਼ ਬਾਰੇ ਸੋਚ ਰਹੀ ਹਾਂ ਹਾਏ ਮੈਨੂੰ ਇਹਨੇ ਇੱਦਾਂ ਕਹਿਤਾ ਇੱਦਾਂ ਕਹਿਤਾ ਇੱਦਾਂ ਕਹਿਤਾ। ਜੇ ਮੈਂਟਲੀ ਲੈ ਗਈ ਹੁੰਦੀ ਉਹਨੂੰ ਸਿਆਣੀ ਹੁੰਦੀ, ਉਹਨੇ ਮੈਨੂੰ ਇੱਦਾਂ ਕਹਿਤਾ, ਤੁਹਾਡੇ 1.5 ਸਾਲ ਪਹਿਲਾਂ ਤੁਹਾਨੂੰ ਗਾਲੋ ਗਾਲੀ ਹੋ ਗਏ ਸੀਗੇ ਰੋਸਟਰ ਵਿਦ ਮੀ, ਇੰਨਾ ਕਲੇਸ਼ ਪਿਆ ਤੁਹਾਡਾ, ਜੇ ਮੈਂਟਲੀ ਲੈ ਜਾਂਦਾ ਉਹਨੂੰ ਸੁਧਰ ਜਾਂਦੇ। ਫਿਰ ਕਿੰਨੇ ਵਾਰੀ ਇਹ ਬੰਦੇ ਨੇ ਇੰਨੀ ਗੱਲ ਆਖੀ ਹੈ, ਮੈਂ ਸੁਧਰ ਜੂੰਗਾ, ਅੱਜ ਤੋਂ ਬਾਅਦ ਮੈਂ ਲੱਛਣ ਨਹੀਂ ਕਰੂੰਗਾ, ਅੱਜ ਤੋਂ ਬਾਅਦ ਮੈਂ ਇਹਦਾ ਟਾਈਟਲ ਥੰਬਨੇਲ ਨਹੀਂ ਪਾਊਂਗਾ, ਪਰ ਫਿਰ ਉਹੀ ਗੱਲ। ਦੀਪ ਮਥਾੜੂ ਵੀ ਐਂ ਹੀ ਕਰਦਾ, ਆਪਦੇ ਡੈਡੀ ਦੀ ਐਂ ਉਂਗਲ ਲਾ ਕੇ ਫੋਟੋ ਲਾ ਦਿੰਦਾ, ਤੂੰ ਸੁਧਰਨਾ ਨਹੀਂ ਕਦੇ, ਵਿੱਚ ਕੁਛ ਹੁੰਦਾ ਹੀ ਨਹੀਂ, ਡੈਡੀ ਹਰਗੁਣ ਨੂੰ ਖੜਾਈ ਦਿੰਦਾ ਲੈ। ਉਹ ਇਹ ਵਿਊ ਲੈਣ ਦੇ ਵਾਕਈ ਬੜੇ ਤਕੜੇ ਤਰੀਕੇ ਲੱਭ ਰੱਖੇ ਇਹਨਾਂ ਨੇ, ਮੈਂਟਲੀ ਹੈਗੀ ਹਾਂ ਮੈਂ, ਸੀਰੀਅਸ ਲੈ ਜਾਂਦੀ ਹਾਂ ਜ਼ਿੰਦਗੀ ਨੂੰ, ਤਾਂ ਲਿਆ ਨਹੀਂ ਹਜੇ ਤੱਕ ਆਪਦੀ ਨੂੰ। ਮੈਨੂੰ ਕਹੀ ਜਾਂਦੀ ਵਲੌਗ ਬਣਾਉਣਾ, ਨਾਲੇ ਠੇਕਾ ਤੂੰ ਚੱਕਿਆ ਸਾਰਾ, ਠੇਕੇ ਨੂੰ ਬੜਾ ਪੁੱਲ ਬਣ ਲੱਗਿਆ, ਠੇਕਾ ਤੂੰ ਚੱਕਿਆ ਸਾਰਾ। ਦੱਸ ਓਏ ਭਰਾਵਾ ਕੀ ਕਰੀ, ਚੱਲਿਆ ਕਿੱਥੇ ਅੰਮ੍ਰਿਤਸਰ, ਗੋਪੀ ਖਾਪੜ ਘੜੀ ਕੋਲ ਤੈਨੂੰ ਚੱਲਿਆ ਕਿਤੇ, ਇਹਨਾਂ ਨੇ ਗੱਡੀ ਹੋਣੀ ਨਹੀਂ ਕਿਤੇ ਤੇ ਨਾਲ ਹੀ ਗਾਣੇ ਵੀ ਨਹੀਂ ਬੰਦ ਕੀਤੇ, ਗਾਣੇ ਵੀ ਨਹੀਂ ਬੰਦ, ਕੋਈ ਫਾਇਦਾ ਨਹੀਂ, ਮੈਂ ਨਹੀਂ ਕਰ ਸਕਦੀ ਇਦਾਂ ਵਲੌਗਿੰਗ, ਨਹੀਂ ਹੋ ਸਕਦੀ ਵਲੌਗਿੰਗ, ਇਦਾਂ ਨਹੀਂ ਮੈਂ ਕਰ ਸਕਦੀ ਵਲੌਗਿੰਗ। ਜਦੋਂ ਆਪਣੇ ਵਾਰੀ ਵਲੌਗ ਬਣਾਉਂਦੇ ਹੁੰਦੇ ਨਾ, ਸ਼ੀਸ਼ੇ ਬੰਦ ਕਰ ਲੈਂਦੇ ਆ, ਵਾਓ ਕਿੰਨਾ ਸੋਹਣਾ ਲੱਗਣ ਦਿਆ ਕਾਰ ਕਰਨੀਆ ਕਾਰ, ਹੋਰ ਕੋਈ ਏਜੰਸੀ ਆ ਵੀ ਆ ਗਈ, ਕਾ ਪੇ ਹੈ ਹੋਰ ਇਹ ਜਾਂ ਬਰੋ ਕਾ ਪੇ ਹੈ। ਉਹ ਦੇਖੀਏ ਗਾਇਸ, ਹਵੇਲੀ ਆ ਗਈ ਹੈ, ਔਰ ਜੋ ਮੇਰੀ ਮੰਮੀ ਸ਼੍ਰੀ ਹੈ ਉਨਕੋ ਯਹਾਂ ਕਾ ਡੋਸਾ ਬੜਾ ਪਸੰਦ ਹੈ, ਉਨ੍ਹਾਂਨੇ 2 ਵਾਰ ਨਹੀਂ 3-3 ਵਾਰ ਡੋਸਾ ਖਾਇਆ ਥਾ, ਔਰ 4-5 ਵਾਰੀ ਸਾਂਬਰ ਵੀ ਲਿਆ ਥਾ। ਅਬ ਹਮ ਜਿਸ ਟਾਈਮ ਵੀ ਅਗਲੀ ਵਾਰੀ ਆਏਂਗੇ ਮੰਮੀ ਜੀ ਕੋ ਸਾਥ ਲੈ ਕੇ, ਤੋ ਉਨਕੋ ਡੋਸਾ ਜ਼ਰੂਰ ਖਿਲਾ ਕੇ ਲੈ ਕੇ ਜਾਏਂਗੇ। ਇਹ ਦੇਖੋ ਗਾਇਸ ਹਵੇਲੀ, ਸਾਰਿਆਂ ਨੇ ਦੇਖੀ ਹੋਣੀ, ਮੈਂ ਇਹਨਾਂ ਨੇ ਵੇਖੀ ਹੋਈ ਹੈ, ਨਹੀਂ ਅਸੀਂ ਨਹੀਂ ਵੇਖੀ, ਅਸੀਂ ਤਾਂ ਆਪਦਾ ਸ਼ਹਿਰ ਚੋਂ ਬਾਹਰ ਨਿਕਲੇ ਕਦੇ, ਨਹੀਂ ਨਹੀਂ ਅਸੀਂ ਨਹੀਂ ਵੇਖੀ ਹਵੇਲੀ। ਅੱਛਾ ਆਹ ਹੁੰਦੀ ਹੈ ਹਵੇਲੀ, ਮੱਛਰ ਹੀ ਫਿਰਦੇ ਆ ਪਤਾ ਨਹੀਂ ਕਿੱਥੇ ਚੱਲੇ ਆ। ਤੇ ਗਾਇਸ ਆਪਾਂ ਪਹੁੰਚ ਗਏ ਹੈਗੇ ਆ ਅੰਮ੍ਰਿਤਸਰ ਤੋਂ ਥੋੜੀ ਜਿਹੀ ਦੂਰ,
ਦੂਰ ਕੇ ਪਹਿਲਾਂ ਤੋਂ ਥੋੜੀ ਜਿਹੀ ਦੂਰ ਅੰਮ੍ਰਿਤਸਰ ਅੱਗੇ ਆ ਪਰ ਥੋੜੀ ਦੂਰ ਆ ਇੱਦਾਂ ਕਹਿਣਾ ਅੰਮ੍ਰਿਤਸਰ ਥੋੜੇ ਪਿੱਛੇ ਅੰਮ੍ਰਿਤਸਰ ਤੋਂ ਦੂਰ ਤੋਂ ਅੰਮ੍ਰਿਤਸਰ ਤੋਂ ਅੱਗੇ ਲੱਗੇ ਆ ਮੈਂ ਕਹਿਣਾ ਆਇਓ ਇਹਨੂੰ ਬੰਦ ਕਰ ਲੈ ਭਰਾਵਾ ਕਿ ਆਈ ਜਾਉਂਗੇ ਠੀਕ ਆ ਤੈਨੂੰ ਵੀ ਵਾਹੀਆ ਦਬਰੋ ਕਰ ਨਹੀਂ ਤੁਸੀਂ ਬਲੋਗ ਉਹਦਾ ਗੱਪ ਸੁਣ ਕੇ ਹਾਸਾ ਤਾਂ ਆਇਆ ਨਾ ਮੜਾ ਆ ਆਪਾਂ ਪਹੁੰਚ ਗਏ ਅੰਮ੍ਰਿਤਸਰ ਹੈਨਾ ਫਿਰ ਮੈਂ ਨਾਲ ਹੀ ਲਗਾਤਾ ਤੋਂ ਥੋੜੀ ਜਿਹੀ ਦੂਰ ਥੋੜੀ ਜਿਹੀ ਨੇੜੇ ਕਹਿ ਰਹੀ ਸੀ ਕਵਰ ਅਪ ਕਰ ਲਈ ਨਾ ਕਵਰ ਅਪ ਕਰ ਲਈ ਨਾ ਕਵਰ ਅਪ ਨੂੰ ਬੜਾ ਵੱਡਾ ਖੱਡਾ ਪਿਆ ਹੋਇਆ ਸੀ ਲੋਕ ਡਿੱਗੀ ਜਾਂਦੇ ਸੀ ਉਹ 'ਚ ਕਵਰ ਅਪ ਕਰ ਲਈ ਨਾ ਕਵਰ ਕਰਤਾ ਜਾਂ ਪੈਚ ਵਰਕ ਕਰਤਾ ਆ ਕੋਈ ਦਿੱਕਤ ਨਹੀਂ ਆ ਰੱਬਾ ਮੇਰੇ ਇਹ ਤਾਂ ਇੱਦੋਂ ਵੀ ਭੋਰੀ ਜਾਂਦੀ ਜ਼ਿਆਦਾ ਕਰ ਲਈ ਨਾ ਪਰ ਕਿਉਂ ਐਵੇਂ ਸੜੀ ਜਾਂਦੇ ਹੋ ਇਹਨਾਂ ਨੂੰ ਲੱਗਦਾ ਸਿਰਫ ਇਹੀ ਵਲੌਗਿੰਗ ਕਰ ਸਕਦੇ ਆ ਇਹੀ ਤਾਂ ਐਵੇਂ ਹੀ ਆ ਨਾਲ ਤੁਰੇ ਹੋਏ ਪਰ ਕੋਈ ਗੱਲ ਨਹੀਂ ਸਬਰ ਕਰੋ ਆਪਾਂ ਤੁਹਾਨੂੰ ਵਲੌਗਿੰਗ ਕਰਕੇ ਦਿਖਾਵਾਂਗੇ ਕਿੱਡਾ ਸੋਹਣਾ ਲੱਗ ਰਹੀ ਹੋ ਵਾਓ ਇੱਥੇ ਵੀ ਆਣਾ ਯਾਰ ਇੱਥੇ ਨਹੀਂ ਆਏ ਨਵੀਂ ਬਣੀ ਹੈ ਸ਼ਾਇਦ ਕਿ ਉਹੀ ਹੈ ਜਿੱਥੇ ਆਪਾਂ ਗਏ ਸੀਗੇ ਉਸ ਦਿਨ ਦਿਨ ਨੂੰ ਚੁੰਨੀ ਲੈ ਕੇ ਫੁਲਕਾਰੀ ਜੀ ਲਿੱਤੀ ਹੁੰਦੀ ਕਰੂਏ ਵਾਲੇ ਲਾ ਲੋ ਕਰੂਏ ਵਾਲਾ ਵਲੌਗ ਤਾਂ ਨੀ ਕਿਤੇ ਤੁਹਾਡਾ ਹੋਰ ਕਿਤੇ ਕਰੂਆ ਬਣਾ ਚੱਲੇ ਹੋਵੇ ਚੰਡੀਗੜ੍ਹ ਸੁਖਣਾ ਲਿਖ ਤੇ ਚਲੋ ਤੇ ਆਪਾਂ ਹਨਾ ਥੋੜੇ ਜਿਹੇ ਫਰੂਟ ਲੈ ਲਏ ਆ ਤੇ ਆਪਾਂ ਜਿਨ੍ਹਾਂ ਦੇ ਘਰੇ ਸਟੇ ਕਰਨੀ ਆ ਫਿਰ ਆਪਾਂ ਸੋਚਿਆ ਆਪਾਂ ਪਹਿਲੀ ਵਾਰੀ ਜਾਣਾ ਆ ਤਾਂ ਕੁਛ ਲੈ ਕੇ ਜਾਈਏ ਸਾਲਾ ਉਹ ਵੀ ਆਖਦਾ ਹੋਊਗਾ ਨਾ ਹੀ ਆਉਂਦੇ ਤੂੰ ਚੰਗਾ ਜੇ ਦੱਸ ਕੇ ਹੀ ਆਉਣਾ ਸੀ ਤਾਂ ਆਪਾਂ ਥੋੜੇ ਜਿਹੇ ਫਰੂਟ ਲੈ ਲਏ ਆ ਕਦੋਂ ਲਿੱਤੇ ਆ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਹ ਵੀ ਵਲੌਗ 'ਚ ਵਿਖਾ ਹੀ ਦਿੰਦੇ ਜਿਨ੍ਹਾਂ ਦੇ ਘਰੇ ਸਟੇ ਕਰਨ ਆਇਆ ਨਾ ਕਿਸੇ ਨੂੰ ਚੀਜ਼ ਦਿਓ ਸਾਲੀ ਦੱਸ ਕੇ ਦਿਓ ਇਹ ਵੀ ਦੱਸ ਦੇ ਕੇਲੇ ਲਏ ਆ ਕਿ ਸੇਬ ਲਏ ਆ ਆਪਾਂ ਫਰੂਟਸ ਲੈ ਲਏ ਆ ਤੇ ਪਿੱਛੇ ਰੱਖੇ ਆ ਹੁਣ ਦਿਖਾ ਨਹੀਂ ਸਕਦੀ ਤੇ ਵੈਸੇ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਹਨਾ ਜੀ ਤਾਂ ਦੱਸਣਾ ਵੀ ਜ਼ਰੂਰੀ ਨਹੀਂ ਹੁੰਦਾ ਆਇਓ ਰੱਬਾ ਮੇਰੇ ਆ ਇਹਦਾ ਵਾਕਈ ਕੋਈ ਤੋੜ ਨਹੀਂ ਵਲੌਗਿੰਗ ਦਾ ਸਾਲੀ ਪੋਡਕਾਸਟ ਹੀ ਚੱਲੀ ਜਾਂਦੀ ਹੈ ਪੋਡਕਾਸਟ ਵੀ ਨਹੀਂ ਇਹ ਕਿਹੜਾ ਮੁੱਦਾ ਕੋਈ ਕਿੱਲੇ ਤੇ ਆ ਲੈ ਬਾਬਾ ਜੀ ਕੀਆ ਦਾ ਸ਼ੋਰੂਮ ਕੋਈ ਗੱਲ ਨਹੀਂ ਜਲਦੀ ਇੱਥੇ ਵੀ ਵਿਜ਼ਿਟ ਕਰਾਂਗੇ ਤੁਸੀਂ ਕੱਲੀ ਫਿਰੋ ਜੋਬ ਲੱਭਣੀ ਨੇ ਨਹੀਂ ਪਤਾ ਮੈਂ 4x4 ਵੀ ਲੈਣੀ ਆ ਇੱਕ ਇਹ ਤਾਂ ਰੱਖਣੀ ਰੱਖਣੀ 4x4 ਕੀ ਕਰਿਆ ਕਰੋਗੇ ਪਲਾਟਾਂ ਹੀ ਸੱਟਿਆ ਕਰੋਗੇ ਝਾੜੀਆਂ ਦੇ ਉੱਤੋਂ ਤੁਸੀਂ ਪ੍ਰੀਤ ਰਹਿਣ ਦੇ ਮੈਂ ਉੱਤੇ ਚੜਾ ਦਿੰਦਾ ਝਾੜੀਆਂ ਦੇ ਉਹ ਬੂਟੀ ਨਹੀਂ ਜਿਹੜੀ ਕੀ ਕਰੋਗੇ 4x4 4x4 ਸੁਪਨੇ ਬਹੁਤ ਉੱਚੇ ਆ ਬਹੁਤ ਉੱਚੇ ਆ ਇੱਕ ਬੰਦਾ ਹੁੰਦਾ ਜ਼ਿੰਦਗੀ ਜਿਹੜਾ ਸਿਰਫ ਗੱਲਾਂ ਕਰਦਾ ਮੈਂ ਆਹ ਕਰ ਦੇਣਾ ਮੈਂ ਉਹ ਕਰ ਦੇਣਾ ਇੱਕ ਹੁੰਦਾ ਜਿਹੜਾ ਕੰਮ ਕਰਦਾ ਚੁੱਪ ਕਰਕੇ ਮੈਂ ਕਦੇ ਰੋਲਾ ਨਹੀਂ ਪਾਇਆ ਮੈਂ ਕਦੇ ਫੁਕਰੀ ਨਹੀਂ ਮਾਰੀ ਜਿੱਥੋਂ ਤੱਕ ਮੇਰਾ ਖਿਆਲ ਹੈ ਕਰਨ ਨੂੰ ਮੈਂ ਕੀ ਕਹਿੰਦਾ ਵਧਾਈਆਂ ਜੀ ਸਾਰਿਆਂ ਨੂੰ ਮੈਂ ਵੀ ਚੈਨ ਪਾ ਕੇ ਬਹਿ ਜਾ ਕਰਾਂ ਮੁੰਦੀ ਪਾ ਕੇ ਬਹਿ ਆਹ ਗਾਇਸ ਕੀ ਹਾਲ ਚਾਲ ਕੜੇ ਕੜੇ ਪਾਲ ਸੁਣ ਰਹੀ ਦੱਸਣਾ ਨਹੀਂ ਹੈਗੇ ਕਿ ਨਹੀਂ ਹੈਗੀ ਇੱਕ 4x4 ਵੀ ਲੈਣੀ ਆ ਹੁੰਦਾ ਮੈਂ ਉਹ ਲੈਣਾ ਵਾ ਅੱਛਾ ਬੋਲਟ 650 ਸੀਸੀ ਵਾਲਾ ਉਹ ਕਿਹੜਾ ਵਾ ਉਹ ਚਿੱਟਾ ਜਿਹਾ ਜਿਹੜਾ ਕੱਲ ਦੇ ਕੇ ਉਹ ਨਹੀਂ ਮੈਂ ਲੈਣਾ ਉਹ ਤਾਂ ਮੈਂ ਕਦੀ ਕਦੇ ਕਦੇ ਹੀ ਨਹੀਂ ਲਾਉਂਗੀ ਉਹਨੇ ਆਪਦੇ ਵਾਸਤੇ ਆਖਿਆ ਮੈਂ ਲੈਣਾ ਤੈਨੂੰ ਕਿਹਨੇ ਪੁੱਛਿਆ ਲੈਣਾ ਗਾ ਪੈਪ ਤੇਰੇ ਤੋਂ ਚੱਲਦੀ ਨਹੀਂ ਹੋਣੀ ਸਕੂਟਰੀ ਬੋਲਟ ਵੀ ਲੈਣਾ ਉਹ ਨਹੀਂ ਮੈਂ ਲੈਣਾ 650 ਸੀਸੀ ਵਾਲਾ ਗੱਲਾਂ ਤਾਂ ਐਂ ਕਰਦਾ ਜਿਵੇਂ ਬੋਲਾਂ ਦੋਨਾਂ ਦਾ ਬਹੁਤ ਤਕੜਾ ਕੰਮ ਚੱਲਦਾ ਹੁੰਦਾ ਬਸ ਬਾਕੀ ਤਕੜਾ ਕੰਮ ਹੈ ਬੇਝਾਈਆਂ ਕਰਾਉਣਾ ਕਿਹੜਾ ਸੌਖਾ ਪਿਆ ਸ਼ੌਂਕ ਦਾ ਮੁੱਲ ਨੀ ਲੋਨ ਦਾ ਕੋਈ ਮੁੱਲ ਨੀ ਆਖ ਸ਼ੌਂਕ ਦਾ ਸ਼ੌਂਕ ਉਹ ਹੁੰਦਾ ਜਿਹੜਾ ਸਿੱਧਾ ਪੈਸੇ ਦਿੱਤੇ 4 ਲੱਖ ਸਿੱਟਿਆ ਬੈਂਚ ਤੇ ਜਾ ਕੇ ਫੜਾ ਦੇ ਉਹ ਹੁੰਦਾ ਸ਼ੌਂਕ ਇਹ ਨੀ ਕਿ ਬਾਈ ਜੀ 20,000 ਜਮ੍ਹਾਂ ਕਰ ਲਾ ਬਾਕੀ ਕਿਸ਼ਤਾਂ ਪਾ ਲਾ ਫਿਰ ਕੋਈ ਸ਼ੌਂਕ ਦਾ ਕੋਈ ਮੁੱਲ ਨਹੀਂ ਮਾਰ ਦੀਏ ਗੱਲਾਂ ਸਾਲੀ ਦੁਨੀਆ ਤਾਂ ਵਿਹਲੀ ਅੱਛਾ ਕਿਸ਼ਤਾਂ ਕੀ ਭਾਅ ਜੀ 1 ਮਿੰਟ ਰੁਕੋ ਪੁਆਨਾ 1 ਮਿੰਟ ਰੁਕੋ ਭਾਅ ਜੀ ਉਹ ਯਾਰ 2000 ਰੁਪਏ ਦਾਰਾ ਦੀ ਕਿਸ਼ਤ ਭਰਨੀ ਸੀਗੀ ਸ਼ੌਂਕ ਦਾ ਕੋਈ ਮੁੱਲ ਨਹੀਂ ਮੂੰਹ ਵੇਖਿਆ ਕਰ ਆਪਦਾ ਸਵੇਰੇ ਉੱਠ ਕੇ ਸ਼ੀਸ਼ੇ 'ਚ ਨਹੀਂ ਨੰਨੇ ਉਹ ਬਹੁਤ ਮਹਿੰਗੇ ਆ ਚਲੋ ਗਾਇਸ ਫਿਰ ਕਹੋਗੇ ਫੜਾ ਮਾਰਦੇ ਆ ਤੇ ਆਪਾਂ ਆਪਣੀਆਂ ਪਰਸਨਲ ਗੱਲਾਂ ਪਰਸਨਲ 'ਚ ਕਰ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਹਨਾ ਕਿਉਂਕਿ ਕਾਫੀ ਬੰਦੇ ਹੈਗੇ ਇੱਦਾਂ ਜਿਹੜੇ ਕਹਿ ਦਿੰਦੇ ਆ ਕਿ ਫੜ ਮਾਰਦੇ ਪਏ ਆ ਇੱਦਾਂ ਉੱਦਾਂ ਡੈਡੀ ਨੇ ਲਿੱਤੀ ਹੋਣੀ ਆ ਇਹ ਐਵੇਂ ਹੀ ਆਪਣਾ ਨਾਂ ਲਾਈ ਜਾਂਦਾ ਵਾ ਚਲੋ ਗਾਇਸ ਅਸੀਂ ਕੁਛ ਨਹੀਂ ਲੈ ਸਕਦੇ ਤਾਂ ਲੈ ਸਕਦੇ ਆ ਨਾ ਹੀ ਸਾਡਾ ਕੋਈ ਹਿੱਸਾ ਆ ਤੇ ਨਾ ਹੀ ਆਪਾਂ ਉਹਨਾਂ ਨੂੰ ਕਿਹਾ ਵਾ ਕਿ ਲਓ ਉਹਨਾਂ ਦੀ ਆਪਣੀ ਚੋਇਸ ਹੈ ਉਹਨਾਂ ਨੇ ਲੈ ਲਈ ਬਸ ਇਹੀ ਸੁਣਨਾ ਚਾਹਦੇ ਸੀ ਅਸੀਂ ਕਹਿ ਦਿੱਤਾ ਨਹੀਂ ਬਾਕੀ ਪਰਮਾਤਮਾ ਇਹ ਤਾਂ ਇੱਕ ਲੈਣ ਕੰਮ ਦੀ ਕੀਤੀ ਨਾ ਬਾਕੀ 27 ਮਿੰਟ ਜਿਹੜੇ 26 ਮਿੰਟ 50 ਸਕਿੰਟਾਂ ਦੀ 1 ਮਿੰਟ 26 ਮਿੰਟਾਂ ਦੀ ਭਕਾਈ ਮਾਰੀ ਜਿਹੜੀ ਉਹ ਗਾਇਸ ਸਾਲ ਕੇਲੇ ਤੱਕ ਤਾਂ ਸੁਣਾ ਦਿੰਦੇ ਹੋ ਕਿਸੇ ਨੂੰ ਦੇ ਕੇ ਤੁਸੀਂ ਸਕੂਟਰੀ ਤਾਂ ਬਹੁਤ ਵੱਡੀ ਗੱਲ ਹੈ
ਯਾਰ ਦੇਖੋ ਮੇਰੀ ਸਿੱਧੀ ਜੀ ਗੱਲ ਆ ਹਨਾ ਮੈਂ ਕਿਸੇ ਨੂੰ ਮਾੜਾ ਬੋਲਦੀ ਨੀ ਪਰ ਜੇ ਕੋਈ ਮੈਨੂੰ ਮਾੜਾ ਬੋਲੇ ਫਿਰ ਮੈਂ ਜਾਣ ਨੀ ਸਕਦੀ ਨਾਲੇ ਕਹਿੰਦੀ ਮੈਂ ਕਿਸੇ ਨੂੰ ਮਾੜਾ ਬੋਲ ਤੇ ਉਹ ਜੇ ਤੈਨੂੰ ਕੋਈ ਮਾੜਾ ਬੋਲੂਗਾ ਤੂੰ ਤਾਂ ਹੀ ਕਿਸੇ ਨੂੰ ਮਾੜਾ ਬੋਲੇਂਗੀ ਇਹ ਥੋੜ੍ਹੀ ਤੇਰਾ ਜੀ ਕਰਦਾ ਅੱਜ ਤਾਂ ਹੈ ਆਹ ਵਲੋਗਰ ਦੇ 1 ਮਿਲੀਅਨ ਹੋ ਗਏ ਮੈਂ ਵਿਹਲੀ ਹਾਂ ਗਾਲਾਂ ਹੀ ਕੱਢ ਦਿੰਦੀ ਹਾਂ ਆਹ ਕੰਮ ਥੋੜ੍ਹੀ ਆ ਜੇ ਹੁਣ ਅਸੀਂ ਤੇਰਾ ਰੋਮਾਂਚਕ ਕਰਾਂਗੇ ਤਾਂ ਸਾਨੂੰ ਤਾਂ ਹੀ ਬੋਲੇਂਗੀ ਇਹ ਥੋੜ੍ਹੀ ਤੀਜੇ ਬੰਦੇ ਨੂੰ ਹੁਣ ਤੂੰ ਮਿਅੰਕ ਨੂੰ ਕਦੇ ਗੱਲ ਕੱਢ ਸਕਦੀ ਹੈ ਹਮਾਨੀ ਨੂੰ ਬੋਲ ਸਕਦੀ ਨਹੀਂ ਤੇਰਾ ਉਹਨਾਂ ਨਾਲ ਲੈਣ ਦੇਣ ਨਹੀਂ ਕੋਈ ਕਹਿੰਦੇ ਜੇ ਮੈਨੂੰ ਕੋਈ ਬੋਲੇ ਫਿਰ ਮੈਂ ਜ਼ੋਰ ਨਹੀਂ ਸੁੱਕਦੀ ਇਹ ਵੀ ਦਿਮਾਗ ਤੋਂ ਪੈਦਲ ਹੀ ਹੈ ਅੰਮ੍ਰਿਤਸਰ ਤੇ ਟੋਲ ਆਪਾਂ ਪਾਰ ਕਰ ਲਿਆ ਹੈ ਹੁਣ ਆਪਾਂ ਕਿੱਥੇ ਜਾਣਾ ਜੀ ਛਿਆੜੇ ਹੁਣ ਆਪਾਂ ਜਾਣਾ ਹੈ ਛਿਆੜੇ ਤੇ ਆਪਾਂ ਤੈਨੂੰ ਛਿਆੜੇ ਜਾ ਕੇ ਮੈਨੂੰ ਲੱਗਦਾ ਸੱਚੀ ਗੋਪੀ ਕੋਲੇ ਚੱਲੇ ਤਾਂ ਕਿਉਂਕਿ ਮੈਨੂੰ ਤਾਂ ਜੱਜਮੈਂਟ ਹੋਈ ਸੀ ਕਿਉਂਕਿ ਉਹ ਵੀ ਇਹਦੇ ਵਰਗਾ ਹੀ ਹੈ ਨਾ ਪਹਿਲਾਂ ਉਹਨੇ ਵੀ ਆਪਦੀ ਘਰ ਵਾਲੀ ਵਿਆਹੀ ਜਦੋਂ ਪਹਿਲਾਂ ਤਾਂ ਵਿਖਾਉਂਦਾ ਨਹੀਂ ਸੀ ਪਤਾ ਨਹੀਂ ਕੀ ਸੀਗਾ ਨੂਰ ਹੀ ਆ ਗਿਆ ਸੀਗਾ ਬਾਅਦ 'ਚ ਉਹਨੇ ਵਲੋਗਾਂ 'ਚ ਲੜੀ ਨੂੰ ਪਤਾ ਐਂ ਤਾਂ ਸਰਨਾ ਨੇ ਐਂ ਵਿਊ ਆਉਣੇ ਹੁਣ ਚੱਲ ਦੱਬ ਦੇ ਕੇ ਲਿਆ ਜਾ ਵਲੋਗਾਂ 'ਚ ਚਲੋ ਮੈਨੂੰ ਸਮਝ ਨਹੀਂ ਆਉਂਦੀ ਇੱਕ ਲੋਕਾਂ 'ਚ ਇਹ ਕੁਛ ਚੱਲਦਾ ਯਾਰ ਜਦ ਤੁਸੀਂ ਵਿਖਾ ਦਿਓ ਉਹਨੂੰ ਜੇ ਨਹੀਂ ਵਿਖਾਉਣਾ ਤਾਂ ਸਾਰੇ ਇੱਕ ਅੱਧਾ ਥੰਬਨੇਲ ਲਾ ਦਿਓ ਵਾਈਫ ਦਾ ਜੀ ਤੁਹਾਡੀ ਇੰਗੇਜਮੈਂਟ ਹੋਈ ਹੈ ਤੁਹਾਡਾ ਵਿਆਹ ਹੋਇਆ ਕੁਛ ਨਹੀਂ ਹੈ ਨਾ ਜਾਂ ਕੋਈ ਇੱਕ ਅੱਧੀ 100 'ਚ ਇੱਕ ਵੀਡੀਓ 'ਚ ਤੁਸੀਂ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਸਾਰੀਆਂ 'ਚ ਲੁਕੋਈ ਜਾਣਾ ਤਾਂ ਗਲਤ ਹੈ ਨਾ ਫਿਰ ਜੇ ਤਾਂ ਵਿਖਾਓ ਹੀ ਨਾ ਉਹਨੂੰ ਹੈ ਨਾ ਹੋਰ ਵਾਰੀ ਮਿਲਾਂਗੇ ਜਦੋਂ ਗੋਲਡਨ ਗੇਟ ਆਊਗਾ ਮੈਨੂੰ ਲੱਗਦਾ ਆ ਹੀ ਗਿਆ ਇਹ ਗੋਲਡਨ ਗੇਟ ਕਿ ਦੂਰ ਹਲੇ ਅੱਲੀ ਦੂਰ ਆ ਜੀ ਜਦੋਂ ਗੋਲਡਨ ਗੇਟ ਆਉਂਦਾ ਉਦੋਂ ਮਿਲਦੇ ਆ ਉਹ ਭਰਾਵਾ ਬੰਦ ਕਰਦੇ ਇਹਨੂੰ ਬਾਲਾ ਹੀ ਬੇੜਾ ਕਰੀ ਨਹੀਂ ਤੂੰ ਤਾਂ ਬਾਵੇ ਮੈਨੂੰ ਇੱਕ ਗੱਲ ਦੱਸ ਤੂੰ ਕਦੇ ਆਪਦੇ ਵਲੋਗ ਆਪ ਵੇਖੇ ਥੰਬਨੇਲ ਸਣੇ ਤੈਨੂੰ ਹੋਇਆ ਨਹੀਂ ਯਾਰ ਮੈਂ ਤਾਂ ਬਾਹਲੀ ਜ਼ਿਆਦਾ ਭੋਰ ਦਿੰਦਾ ਕਦੇ ਕਦੇ ਨਜਾਇਜ਼ ਮਾਤਰਾ 'ਚ ਭੋਰ ਦਿੰਦਾ ਤੈਨੂੰ ਕੋਈ ਕਹਿੰਦਾ ਨਹੀਂ ਯਾਰ ਕਮਾਲ ਦੀ ਗੱਲ ਹੈ ਵੈਸੇ ਯਾਰ ਆਪਾਂ ਜੇ ਕੋਈ ਗਲਤੀ ਕਰਦੇ ਹਾਂ ਕੋਈ ਵੀ ਗੱਲ ਹੁੰਦੀ ਹੈ ਨਾ ਮੰਨ ਲਓ ਇੱਕ ਪਰਸੈਂਟ ਕੋਈ ਬੰਦਾ ਗਲਤੀ ਕਰਦਾ ਚੱਲ ਸੜਨ ਵਾਲਾ ਹੀ ਹੋਵੇ ਕੋਈ ਆਖ ਹੀ ਦਿੰਦਾ ਬਾਈ ਯਾਰ ਤੇਰੀ ਆ ਗਲਤੀ ਸੀ ਤੇਰਾ ਵਲੋਗ ਸਹੀ ਨਹੀਂ ਸੀ ਕੁਛ ਵੀ ਨਹੀਂ ਸੀ ਇਹਨੂੰ ਕੋਈ ਸਮਝਾਉਂਦਾ ਨਹੀਂ ਹੋਣਾ ਮੈਨੂੰ ਲੱਗਦਾ ਸਾਰੇ ਆਖਦੇ ਨੇ ਪੜ੍ਹਿਆ ਲਿਖਿਆ ਬਹੁਤ ਹੈ ਤੇ ਫਿਰ ਉਸ ਤੋਂ ਬਾਅਦ ਮਿਲਾਂਗੇ ਤੈਨੂੰ ਛਿਆੜੇ ਪਹੁੰਚ ਕੇ ਚਲ ਨਾਮ ਸੋਹਣਾ ਨਾ ਛਿਆੜੇ ਛਿਆੜੇ ਇੱਕ ਵਾਰੀ ਜਿਹੜਾ ਜਿਹੜਾ ਵੀਡੀਓ ਮਾਰੇ ਛਿਆੜੇ ਇੱਕ ਵਾਰੀ ਜਿਹੜਾ ਜਿਹੜਾ ਵੀਡੀਓ ਦੇਖ ਰਿਹਾ ਹੈ ਨਾ ਬੋਲ ਕੇ ਜ਼ਰੂਰ ਦੇਖਿਓ ਛਿਆੜੇ ਛਿਆੜੇ ਮੋੜ ਲਓ ਵਾਪਸ ਘਰ ਨੂੰ ਗੱਡੀ ਰਹਿਣ ਦਾ ਛੇੜੇ ਜਾ ਮੈਂ ਹੁਣੀ ਦਿਮਾਗ ਲੜਾਇਆ ਤੇ ਮੈਂ ਸੋਚਿਆ ਕਿ ਮੈਂ ਡਾਕਟਰ ਤਾਂ ਬਣ ਨਹੀਂ ਸਕੀ ਤਾਂ ਮੈਂ ਫਿਜ਼ੀਓਥੈਰੇਪਿਸਟ ਬਣ ਜਾ ਨੋ ਵੀ ਚਿੱਟੇ ਲਵਾਈ ਫਿਰਦੀ ਕੀ ਗੱਲ ਭੁਗਤ ਗਈ ਸੀ ਕਿਸੇ ਤੇ ਹਾਏ ਹਾਏ ਕਿੱਦਾਂ ਦੀ ਪਸੰਦ ਹੈ ਇਹਨਾਂ ਦੀ ਡਾਕਟਰ ਤਾਂ ਬਣ ਨਹੀਂ ਸਕੀ ਬਣੀ ਹੈ ਡਾਕਟਰ ਤੂੰ ਬਾਹਰਲੀਆਂ ਬੂਟੀਆਂ ਪੜਦੇ ਤੋ ਕਰਦੀਆਂ ਤੁਸੀਂ ਕੋਈ ਡਾਕਟਰ ਤਾਂ ਬਣ ਨਹੀਂ ਸਕੀ ਤਾਂ ਮੈਂ ਫਿਜ਼ੀਓਥੈਰੇਪਿਸਟ ਬਣ ਜਾ ਅੱਛਾ ਉਹ ਕੀ ਹੁੰਦਾ ਫਿਜ਼ੀਓਥੈਰੇਪਿਸਟ ਥੈਰੇਪੀ ਕਰਨ ਵਾਲੇ ਜਿੱਦਾਂ ਗੋਡੇ ਗਿੱਟੇ ਜਿਹੜੇ ਦੁੱਖਦੇ ਗੋਡੇ ਹੈਗਾ ਰੋਜ਼ ਤੁੰਦਰ ਆ ਤੇ ਤੁਹਾਡੇ ਪਟਾਕੇ ਨਿਕਲੇ ਪਏ ਜਿੰਦਗੀ ਦੇ ਉਹਦੀ ਨੰਨੇ ਫੀਸ ਹੈਗੀ ਆ ਯਾਰ ਇਹ ਸੱਚੀ ਗੱਲ ਆ ਉਹਦੀ ਫੀਸ ਹੈਗੀ ਆ 120,000 ਰੁਪਏ ਹਾਂ ਇੰਨੀ ਵੀ ਨਹੀਂ ਹੁੰਦੀ 30,000 ਰੁਪਏ ਭਰਨੇ ਆ ਹਰ ਸਾਲ ਹਰ ਸਾਲ ਨਹੀਂ 6 ਮਹੀਨੇ ਚ ਮਤਲਬ 30,000 ਭਰ ਦਾਂਗੇ ਕੋਈ 2 ਸਾਲਾਂ ਦਾ ਪਤਾ ਨਹੀਂ ਕੋਰਸ ਆ ਕੀ ਕਰਨਾ ਕੋਰਸ ਕੋਰਸ ਕਰ ਲਾ ਤੈਨੂੰ ਗਲੀ ਦੇ ਮੋੜ ਤਾਂ ਹੀ ਇਕੱਲੀ ਨੂੰ ਭੇਜਦਾ ਨਹੀਂ ਗਾ ਪੁੱਛ ਕੇ ਵੇਖ ਇਹਨੂੰ ਕੋਰਸ ਕਰ ਲਾ ਮੈਂ ਲਾ ਕੇ ਬਾਵੇ ਨੂੰ ਕਹਦਾ ਮੈਂ ਕੋਰਸ ਕਰਾਉਣ ਮੈਨੂੰ ਆਉਂਗਾ ਆ ਵੇਖੋ ਮੇਰੀ ਮੰਮੀ ਡੈਡੀ ਜਦੋਂ ਕਹਿੰਦੇ ਨੇ ਤੂੰ ਅੰਮ੍ਰਿਤਸਰ ਨੂੰ ਜਾਣਾ ਉਹਨਾਂ ਨੇ ਆ ਗੁਰਦੁਆਰੇ ਸਾਹਿਬ ਜ਼ਰੂਰ ਮੱਥਾ ਟੇਕਿਆ ਠੀਕ ਦੇ ਮੱਥਾ ਚਲੋ ਸ਼ੁਕਰ ਆ ਕੁਛ ਤਾਂ ਚਾਹੀਦਾ ਕਹਿੰਦੇ ਤੈਨੂੰ ਤੇ ਕੁਛ ਤਾਂ ਗੱਲ ਮੰਨਦਾ ਉਹਨਾਂ ਦੀ ਤੂੰ ਆਪਾਂ ਗੱਲ ਕਰ ਰਹੇ ਸੀ ਕਿਸੇ ਨੂੰ ਟੈਗ ਆ ਗਿਆ ਦੁਬਾਰਾ ਵੀ ਜੁੜ ਜੂਗਾ ਪਰ ਲੋਕਾਂ ਨੂੰ ਨਾ ਸਹੀ ਗੱਲਾਂ ਸਹੀ ਗੱਲ ਦੱਸਾਂ ਮੈਂ ਕਿਸੇ ਚੀਜ਼ ਤੋਂ ਪੈਸਾ ਨਹੀਂ ਕਮਾਉਣਾ ਹੁੰਦਾ ਆਈਫੋਨਾਂ ਤੋਂ ਠੀਕ ਆ ਕਈਆਂ ਨੇ ਕਮਾਇਆ ਫਿਰ ਰੀਲਾਂ ਰੂਲਾਂ ਵਾਲੇ ਨੇ ਬਥੇਰਾ ਕਮਾਇਆ ਐਂ ਤਾਂ ਉਹ ਵੀ ਜੀ ਗੱਲ ਕੋਈ ਗੱਲ ਨਹੀਂ ਪਰ ਇੱਕ ਸਨੈਪਚੈਟ 'ਤੇ ਬੜਾ ਚੱਲਿਆ ਪਿਆ ਸਾਰੀਆਂ ਸੜੀਆਂ ਜੀ ਸਟੋਰੀਆਂ ਪਾ ਦੇਣਗੇ ਐਂਡ 'ਤੇ ਇਹੋ ਜਿਹੀ ਸਟੋਰੀ ਲਾ ਦੇਣਗੇ ਆਪਦੀ ਘਰ ਵਾਲੇ ਨੂੰ ਲਾ ਕੇ ਮੂੰਹ ਹਾਈਡ ਕਰ ਦਿੰਦੇ ਕਈ ਕਈ ਗੰਦੀਆਂ ਲਾਈ ਜਾਣਗੇ ਫੋਟੋਆਂ ਵੀ ਸਾਰੀਆਂ ਸਟੋਰੀਆਂ ਵੇਖ ਲੈਣ ਇਹ ਵੀ ਬੜਾ ਟ੍ਰੈਂਡ ਸੈੱਟ ਕੀਤਾ ਲੋਕਾਂ ਨੇ ਸਨੈਪਚੈਟ 'ਤੇ ਪੈਸਾ ਆਉਣ ਲੱਗ ਗਿਆ ਨਾ ਲੋਕਾਂ ਨੂੰ ਅੱਜ ਕੱਲ੍ਹ ਉਹ ਤਾਂ ਮੈਂ ਪੂਰੀ ਮਤਲਬ ਤੂੰ ਮੈਨੂੰ ਪੈਸਿਆਂ ਦੀ ਗੱਲ ਕਰ ਤੇ ਯਾਰ ਮੈਂ ਤੇ ਉਹਦੀ ਗੱਲ ਕਰ ਕਿੰਦਾ ਤੂੰ ਕਰੋੜ ਮੰਗ ਰਹੀ ਮੇਰੇ ਕੋਲ ਪੈਸਿਆਂ ਦੀ ਗੱਲ ਕਰ
ਘਰ ਚੋਂ ਮਾੜੀ ਜਿੱਟ ਨਿਕਲ ਜੇ ਜਾਣ ਨਿਕਲ ਜਾਂਦੀ ਬਹੁਤ ਕਰੋੜ ਮੰਗ ਰਹੀ ਓਏ ਭਰਾਵਾ ਐਡਾ ਗਾਲੜੀ ਕਿਉਂ ਆ ਤੂੰ ਦੋਨੇ ਹੀ ਹਾਇਓ ਰੱਬਾ ਮੇਰਿਆ 12 ਮਿੰਟ ਦਾ ਵਲੋਗ ਵੇਸਟ ਕਰੀ ਜਾਂਦੇ ਜਮਾਂ ਇਹ ਆ ਥੂ ਆ ਕੰਮ ਕੁਛ ਹੈ ਹੀ ਨਹੀਂ ਵਿੱਚ ਕੱਠੇ ਪਹੁੰਚੇਗਾ ਛਾੜੇ ਗੋਪੀ ਆਇਆ ਨੀ ਪੈਸੇ ਦੇ ਦੇਗਾ ਜੇ ਪੈਸੇ ਦੇ ਦੇਗਾ ਫਿਰ ਤਾਂ ਮੈਂ ਗੱਲ ਕਰਾਂਗਾ ਹਨਾ ਵੀ ਜੇ ਪੈਸੇ ਨਹੀਂ ਦੇਣੇ ਫਿਰ ਗੱਲ ਗਾਹ ਤੋਰਨ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਬੋਲੀ ਜਾ ਤੇਰਾ ਤਾਂ ਮੱਥਾ ਖਰਾਬ ਆ ਮੇਰਾ ਮੱਥਾ ਨਹੀਂ ਖਰਾਬ ਅੱਗੇ ਰੋਕਿਓ ਚਲੋ ਭਰਾਵਾ ਦੇਖਣੀ ਆ ਮੈਂ ਬੱਸ ਸਟੈਂਡ ਕਿੱਧਰ ਜਾਂਦਾ ਮੈਨੂੰ ਨਹੀਂ ਪਤਾ ਨਾ ਬੱਸ ਸਟੈਂਡ ਕੋਲੇ ਘਰ ਆਉਂਦਾ ਦੀਪੇ ਨੇ ਦੱਸਿਆ ਸੀ ਨਾ ਕਿਤੇ ਨਾ ਆ ਉਹਦੇ ਕੋਲੇ ਚੱਲਿਆ ਲੱਗਦਾ ਮੈਨੂੰ ਤਾਂ ਥੱਲੇ ਹੀ ਚੱਲੋ ਅੰਮ੍ਰਿਤਸਰ ਤਾਂ ਥੱਲੇ ਹੀ ਆ ਉਹ ਤਾਂ ਏਅਰਪੋਰਟ ਦਾ ਰੋਡ ਆ ਇਹਨੇ ਮੇਰੀ ਸੁਣਨੀ ਨਹੀਂ ਔਰ ਫਿਰ ਵੀ ਚੱਲ ਜਾ ਏਅਰਪੋਰਟ ਜਾ ਕੇ ਬਹਿ ਜੀ ਰਾਤ ਨੂੰ ਹੀ ਤੜਕੇ ਤਾਂ ਫਿਰ ਫਲਾਈਟ ਨਹੀਂ ਤੇਰੀ ਸੱਚ ਏਅਰਪੋਰਟ ਤੇ ਫਲੈਟ ਆ ਸੱਚ ਫਲਾਈਟ ਨਹੀਂ ਸੌਰੀ ਸੌਰੀ ਮਾਈ ਅਪੋਲੋਜਾਈਜ਼ ਕਾਣਾ ਇਹਨੂੰ ਅੱਧੇ ਹੀ ਪੈਣਾ ਜਿੱਦਣ ਮੈਂ ਕਹਿ ਰਿਹਾ ਦੇਖ ਲਿਓ ਨੈਟ ਪਾਈ ਵੀਰ ਮੈਂ ਨਹੀਂ ਪਾਣਾ ਪੂਣਾ ਹੁਣੀ ਵੀਰ ਰੁਪਏ ਦਾ ਰਿਚਾਰਜ ਕੀਤਾ ਮੇਰੇ ਬੈਂਕ ਬੈਲੈਂਸ ਖਤਮ ਹੋ ਗਿਆ ਤੇ ਮੈਂ ਰਿਚਾਰਜ ਕਰ ਕਰਕੇ ਲੱਖ ਰੁਪਈਆ ਫੀਸ ਲੱਖ ਤੇ ਕਰੋੜ ਮੰਗ ਲਿਆ ਤੇਰੀ ਫੀਸ ਭਰ ਦੂੰਗਾ ਮੋਟਰ ਲੈਣਾ 650 ਸੀਸੀ ਪਤਾ ਨਹੀਂ ਕਿਹੜਾ 3 ਲੱਖ ਦਾ 4 ਲੱਖ ਦਾ ਮੈਂ 4x4 ਕਾਰ ਲੈਣੀ ਆ 20 ਦੇ ਨੈੱਟ ਪੈਕ ਨੂੰ ਰੋਈ ਜਾਂਦੇ ਆ 20 ਦਾ ਨੈੱਟ ਪੈਕ ਵੇਖ ਜ਼ਿੰਦਗੀ ਗਾਲ ਜਾਂਦਾ ਕਈਆਂ ਦੀ ਆਪਣੀ ਚੋ ਕਰ ਤੇਰੇ ਕੋਲ ਗੂਗਲ ਪੇ ਚੱਲਦਾ ਸ਼ੁਕਰ ਆ ਬਾਅਦ ਵਿੱਚ ਦੇਖੀ ਇਹਦੀ ਕਿਸ਼ਤ ਦੇ ਪੈਸੇ ਘੱਟ ਜਾਣੇ ਨੇ ਫਿਰ ਮੈਨੂੰ ਕਹਿਣਾ ਪ੍ਰੀਤ ਪਾ ਦੇ ਆਫ ਕੈਮਰਾ ਨੰਨੇ ਤੂੰ ਪ੍ਰੀਤ ਕੀ ਟਰੱਕ ਚਲਾਉਂਦੀ ਆ ਪ੍ਰੀਤ ਕਿੱਥੋਂ ਪਾ ਦੋਗੀ ਪ੍ਰੀਤ ਪਾ ਦੇ ਪ੍ਰੀਤ ਆਪਦੇ ਘਰੋਂ ਹੀ ਦਵਾ ਦੇ ਕਿਸ਼ਤ ਪਰ ਸਾਲੀ ਜ਼ਿੰਦਗੀ ਕਿਸ਼ਤਾਂ 'ਤੇ ਹੋਈ ਪਈ ਇਹ ਨਹੀਂ ਕਹਿੰਦੇ ਕਿ ਕਿਸ਼ਤਾਂ ਚੱਕੋ ਜਿਹੜਾ ਬੰਦਾ ਕਿਸ਼ਤਾਂ ਭਰ ਸਕਦਾ ਉਹ ਕਿਸ਼ਤਾਂ ਚੱਕ ਲੈ ਨਹੀਂ ਯਾਰ ਜੇ ਜ਼ਿੰਦਗੀ ਸਿੱਧੀ ਚੱਲੀ ਜਾਂਦੀ ਕਿਉਂ ਕਿਸੇ ਦੇ ਲੈਣੇ ਦੇਣੇ ਉਹ ਵੀ ਸੀ ਗੱਲ ਹੈ ਨਾ ਜੇ ਬੰਦਾ ਲੱਖ 'ਚ ਕਮਾਉਂਦਾ ਤਾਂ ਮਹੀਨੇ 10,000 ਕਿਸ਼ਤ ਭਰਨ 'ਤੇ ਕੋਈ ਨਹੀਂ ਜਾਂਦਾ ਜਿਹਨੇ ਕਮਾਉਣਾ ਹੀ 15-20 ਹੈ ਤਾਂ 10-15 ਕਿਸ਼ਤ 'ਤੇ ਔਖਾ ਹੋਈ ਹੈ ਨਾ ਤਾਂ ਧਿਆਨ ਨਾਲ ਚਲਾ ਰਿਹਾ ਮੈਂ ਹਿਸਾਬ ਲਾ ਲਿਆ ਵੀ ਤਾਂ ਨੈੱਟ ਪੈਕ ਪਾ ਕੇ ਕਿਸ਼ਤਾਂ 'ਚ ਫਰਕ ਪੈ ਜਾਂਦਾ ਯਾਰ ਧਿਆਨ ਨਾਲ ਚਲਾਉਣਾ ਅੱਜ ਮੈਂ ਬੈਠੀ ਹਾਂ ਨਾ ਤੈਨੂੰ ਭਈ ਇਹਨੇ ਕੀ ਕੀ ਭਈ ਇਹਨਾਂ ਦਾ ਧਿਆਨ ਪਹੁੰਚ ਜੀ ਫੜਾ ਦੇ ਕੈਮਰਾ ਐਵੇਂ ਬੇਈ ਕਰ ਜਮਾਂ ਟਾਈਮ ਵੇਸਟ ਕਰੀ ਜਾਂਦੀ ਇਹ ਤਾਂ ਪਈ ਰੋਡ ਇੱਧਰ ਹੋ ਗਈ ਫੋਨ ਚਲਾਈ ਜਾਂਦਾ ਸੀ ਇਹਨੇ ਕਾਰ ਇੱਧਰ ਮੋੜਤੀ ਮੈਂ ਹੀ ਇੱਧਰ ਹੋ ਗਈ ਆਹ ਤੈਨੂੰ ਪੁੱਛਿਆ ਕਿਸੇ ਨੇ ਜਵਾਕ ਕਿੱਥੇ ਤੁਹਾਡਾ ਉਦੋਂ ਹਾਏ ਸੋ ਬੋਰਿੰਗ ਬਲੌਗ ਮਾਰੂੰਗੀ ਮੁੱਕੀ ਹੋਰ ਕਰ ਵੀ ਕੀ ਸਕਦੀ ਆ ਤੇਰਾ ਯਾਰ ਇਹਨੂੰ ਹੌਟਸਪੌਟ ਵਿਚਾਰੇ ਗਰੀਬ ਬੰਦੇ ਨੂੰ ਇੰਨਾ ਗਰੀਬ ਆ 20 ਰੁਪਏ ਦਾ ਰੀਚਾਰਜ ਨਹੀਂ ਕਰ ਸਕਦਾ ਗਾਇਸ ਇੱਕ ਮਿੰਟ ਰੁਕੋ ਹਲੇ ਨਹੀਂ ਮੈਂ ਵੀਡੀਓ ਬੰਦ ਕਰ ਸਕਦੀ ਇਹ ਤੁਹਾਨੂੰ ਦਿਖਾ ਦਈਏ ਗੋਲਡਨ ਟੈਂਪਲ ਦਾ ਗੇਟ ਚੱਲ ਚਲੋ ਚਲੋ ਜਾਣ ਦੋ ਜਾਣ ਦੋ ਚਲੋ ਜੀ ਪਹੁੰਚ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਮਯੰਕੀ ਨਾਈਟ ਆਊਟ ਮਰ ਜਾਂਦਾ ਉਹ ਵੀ ਕੋਈ ਜੈ ਮਾਤਾ ਦੀ ਪਿੱਛੇ ਰਹਿੰਦੇ ਨੇ ਹੁਣ ਠੋਕ ਦੇ ਦੀ ਗੱਡੀ ਵੀ ਦਾ ਨੈਟ ਪੈਕ ਪਾਲਾ ਪਹਿਲਾਂ ਕਿਤੇ ਉਹ ਮੈਂ ਬਾਹਰੋਂ ਟੇਕ ਲਵਾਂ ਦੇਖ ਲੋ ਮੇਰੇ ਚਾਰਜ ਕਰ ਲਿਆ ਹੁਣ ਮੈਨੂੰ ਕਹਿੰਦਾ ਪਈ ਕਾਰ ਦੇ ਸ਼ੀਸ਼ਾ ਖੋਲ ਕੇ ਬਾਹਰੋਂ ਟੇਕ ਲਈ ਜਾਂਦੀ ਆ ਸ਼ੀਸ਼ਾ ਸਾਫ਼ ਕਰ ਲਓ ਵਾਈਪਰ ਚੱਲਦੇ ਨਹੀਂ ਇਹਦੇ ਕੀ ਕਵਾਂ ਯਾਰ ਇਹਨਾਂ ਨੂੰ ਸੱਚੀ ਬੇੜਾ ਗਰਕ ਹਾਂਜੀ ਫਿਰ ਮਿਲਾ ਦੀਏ ਚਲ ਜਿੰਨਾ ਘਰ ਆਏ ਆ ਇੰਨਾ ਤਿਆਰ ਹੋ ਕੇ ਕਾਹ ਤੂੰ ਆਈ ਆ ਪਹਿਲੀ ਲੋਹੜੀ ਹੈ ਤੇਰੀ ਹੈ ਬੈਠੀ ਵੇਖ ਐਂ ਕਰਕੇ ਹਾਂਜੀ ਫਿਰ ਮਿਲਾ ਦੀ ਹਾਂਜੀ ਮਿਲਾ ਦੋ ਜਿੰਨਾ ਕੋਲ ਆਏ ਆ ਅਗਲੇ ਦਿਨ ਵੇਖਿਓ ਇਹਦਾ ਮੂੰਹ ਫਲਾਈਟ ਵਾਲਾ ਇੱਧਰ ਆਓ ਸਖਸ਼ਾ ਇੰਟਰਵਿਊ ਦੋ ਆਪਣੀ ਸੋ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਮਿਲ ਕੇ ਸਾਨੂੰ ਰੋਮਾਂਚਿਕ ਰੋਸਟ ਕਰ ਦੋ ਨੰਬਰ ਮੰਗਣ ਲੱਗ ਜਾਂਦੇ ਆ ਹਾਲੇ ਇੰਨਾ ਤਾਂ ਕੁੜੀਆਂ ਮੈਂ ਕੁੜੀਆਂ ਕੋਲੋਂ ਵੀ ਨਹੀਂ ਅੱਜ ਕੱਲ੍ਹ ਲੋਕ ਨੰਬਰ ਮੰਗਦੇ ਵੀ ਨੰਬਰ ਦੇ ਦੋ ਗਾਇਜ ਜਾਂ ਬਾਤ ਕਰ ਲਏ ਨੰਬਰ ਸਿੱਟਣ ਵਾਲਾ ਟ੍ਰੈਂਡ ਗਿਆ ਸਭ ਕੁਛ ਗਿਆ ਨਾ ਚਲੋ ਵਾਸ਼ਕੀਆਂ ਸੀਗੀਆਂ ਲੋਕਾਂ ਦੀਆਂ ਪਰ ਠੀਕ ਹੈ ਗੋਪੀ ਦੇ ਵੀ ਰੋਮਾਂਚਿਕ ਕਰਾਂਗੇ ਹੁਣ ਆਪਾਂ ਪੁਰਾਣਾ ਮੁੱਦਾ ਹੀ ਨਹੀਂ ਛੱਡਦਾ ਪਹਿਲਾਂ ਗੋਪੀ ਦੀ ਉਹਦੇ ਨਾਲ ਯਾਰੀ ਪਈ ਅਮਨ ਜਸ ਨਾਲ ਉਹ ਆਪਸ 'ਚ ਲੜ ਪਏ ਹੁਣ ਇਹਦੇ ਨਾਲ ਪੈ ਗਈ ਹੁਣ ਗੋਪੀ ਨੇ ਵੀ ਨਵਾਂ ਫਰੈਂਡ ਲੱਭ ਲਿਆ ਉਹਨਾਂ ਨੇ ਵੀ ਨਵਾਂ ਫਰੈਂਡ ਲੱਭ ਲਿਆ ਇਹ ਟੁੱਟਣਗੇ ਆਪਸ 'ਚ ਪੱਕਾ ਦੋਨੇ ਕੱਪਲ ਗਰੰਟੀ ਹੈ ਮੇਰੀ ਕਾਪੀ 'ਤੇ ਲਿਖਾ ਲਓ
ਕਮੈਂਟ ਕਰ ਰਹੇ ਸੀ ਤੁਸੀਂ ਪੱਕਾ ਇਹਨਾਂ ਨਾਲ ਚੱਲੇ ਹੋ ਪੱਕਾ ਇਹਨਾਂ ਨਾਲ ਚੱਲੇ ਕਮੈਂਟ ਆ ਲਾਗੇ ਨਾ ਪਿਜਾ ਮੈਨੂੰ ਨਹੀਂ ਦੇ ਕਰਨਾ ਤੁਸੀਂ ਉਹਨਾਂ ਨਾਲ ਜਾਣਾ ਤੇ ਮੈਂ ਨਹੀਂ ਨਹੀਂ ਇਦਾਂ ਨਹੀਂ ਤੁਸੀਂ ਕਿੱਥੇ ਚੱਲੇ ਹੋ ਅਸੀਂ ਚੱਲੇ ਆ ਮਿੰਨੀ ਸਵਿਟਜ਼ਰਲੈਂਡ ਕਿੱਥੇ ਚੱਲੇ ਆ ਮਿੰਨੀ ਸਵਿਟਜ਼ਰਲੈਂਡ ਚੱਲ ਪਹਿਲਾਂ ਤਾਂ ਮਾਤਾ ਬੈਨ ਮਾਤਾ ਬੈਨ ਭਾਈ ਸਤਿ ਸ਼੍ਰੀ ਅਕਾਲ ਤੇ ਵੀਰੇ ਨੂੰ ਸਤਿ ਸ਼੍ਰੀ ਅਕਾਲ ਤੇ ਇੱਧਰ ਬਾਅਦ ਚ ਮਿਲਦੇ ਤੁਹਾਨੂੰ ਚੱਲ ਲੱਗਣਾ ਬਣਾਣੇ ਮੂਰੇ ਬੇਸਤੀ ਕਰਨਾ ਜਾਨੀ ਹੁਣ ਬੋਲੋ ਕੰਟੀਨਿਊ ਹੁਣ ਕੰਟੀਨਿਊ ਬਸ ਇਹੀ ਚੱਲੇ ਆ ਪਹਿਲਾਂ ਚੱਲੇ ਆ ਪੀਜਾ ਨਾ ਨੋ ਨਾ ਦੱਸਣਾ ਨਹੀਂ ਯਾਰ ਦੱਸਣਾ ਨਹੀਂ ਇਸ ਸਸਪੈਂਸ ਥੋੜਾ ਹੀ ਰਹਿਣ ਦੇ ਯਾਰ ਅਸੀਂ ਥੋੜੀ ਹੋ ਗਿਆ ਸਾਨੂੰ ਪਤਾ ਹੀ ਹੈਗਾ ਵਾ ਅੱਛਾ ਹੁਣ ਇਹ ਗੱਲਾਂ ਬਾਅਦ ਚ ਵੀਰੇ ਨੂੰ ਮਿਲਿਆ ਹੁਣ ਇੱਧਰ ਪੈਕਿੰਗ ਦਿਖਾ ਦੋ ਮਿਆਕ ਦੀ ਗੱਲ ਨੀ ਵੈਸੇ ਚੱਲੇ ਤਾਂ ਚੱਲ ਕਿਤੇ ਘੁੰਮਣ ਹੈਗੇ ਆ ਉਹ ਤਾਂ ਠੀਕ ਆ ਚੱਲ ਗੋਪੀ ਗੋਪੀ ਦੀ ਵਾਈਫ ਤੇ ਇਹ ਪ੍ਰੀਤ ਨੇ ਵੀ ਵਲੌਗ ਬਣਾਉਣਾ ਬਾਵੇ ਨੇ ਵੀ ਬਣਾਉਣਾ ਤੇ ਗੋਪੀ ਨੇ ਵੀ ਬਣਾਉਣਾ ਵਲੌਗਾਂ ਚ ਵਲੌਗ ਹੀ ਵੱਜਣਗੇ ਕਿਧਰ ਮਾਚੀ ਕਰੀ ਲੱਗਦਾ ਉੱਤੇ ਸ਼ੂਗਰ ਕਰਾ ਗਿਆ ਉਹ ਤੁਹਾਨੂੰ ਭਾਈ ਹਰ ਇੱਕ ਬੰਦੇ ਦਾ ਇੱਕ ਇੱਕ ਡੱਬਾ ਲਿੱਤਾ ਵਾ ਹਲੋ ਇੰਨੀ ਵੰਟ ਪਾਲੀ ਪੈ ਨਹੀਂ ਆਪਣਾ ਜਾਊਗਾ ਆਪਣਾ ਬਣਾ ਕੇ ਆਪਣਾ ਪੀਊਗਾ ਆਪਣਾ ਖਾਊਗਾ ਕਿਸੇ ਵੱਲ ਦੇਖੂਗਾ ਉਹ ਗੱਲ ਨਹੀਂ ਉਹ ਨੀਂਦ ਗੰਦਾ ਨੂੰ ਉੱਤੇ ਆਪੇ ਦੇਖਣਾ ਚਾਹ ਪੀਏ ਇੱਕ ਇੱਕ ਟਾਈਮ ਦੀ 6 ਵਜੇ ਚਾਹ ਪੀਣੀ ਆ ਇੱਕ ਵਾਰ ਹੀ ਲਾ ਲਾ ਕੇ ਹਰ ਇੱਕ ਬੰਦੇ ਦੀ ਚੱਲ ਸਾਰੀ ਮੁੰਡੇ ਕੋਈ ਨਹੀਂ ਲਾਣੀ ਮੁੰਡੇ ਹੀ ਬਣਾਉਗੇ ਚਾਹ ਅਸੀਂ ਨਹੀਂ ਬਣਾਉਣੀ ਤੁਸੀਂ ਓਦਾਂ ਹੀ ਆਪਦੀ ਜ਼ਿੰਦਗੀ ਚ ਬਥੇਰੀ ਲਾਈ ਬੈਠੇ ਤੁਹਾਨੂੰ ਲੋੜ ਕੀ ਹੈ ਜਲਾਉਣ ਦੀ ਅੱਛਾ ਸਾਰੀ ਪੈਕਿੰਗ ਗੋਪੀ ਕਰੀ ਬੈਠਾ ਤੁਸੀਂ ਕੀ ਅੰਬ ਲੈਣ ਗਏ ਇਹਦੇ ਘਰੇ ਫਿਰ ਉਹ ਆਪਾਂ ਬਾਅਦ ਦੱਸਾਂਗੇ ਵੀਰ ਨੇ ਕਿੰਨੇ 5 ਸਾਲ ਰਹੇ ਨਾ ਖਲਾਰੇ ਨੂੰ ਕੀ ਦਿਵਾਲੀ ਸਫਾਈ ਕਰਨੀ ਹੈ ਦਿਵਾਲੀ ਦੀ ਮਾੜਾ ਸਮਾਨ ਹੈ ਦੋ ਸ਼ੀਸ਼ੀਆਂ ਸਿੱਟੀਆਂ ਡੱਬੀ ਚ ਪੈਕ ਹੋ ਜੂਗਲ ਸਮਾਨ ਸਮੇਟ ਲਓ ਫਿਰ ਖਲਾਰਾ ਪਾਇਓ ਹੁਣ ਪੈਣਾ ਹੀ ਹੈ ਇੱਥੇ ਤੁਸੀਂ ਕਰਨਾ ਕੀ ਹੈ ਕਿ ਹੁਣੇ ਸਵਿਟਜ਼ਰਲੈਂਡ ਦੀ ਫਲਾਈਟ ਹੈ ਫਲੈਟ 'ਤੇ ਚੱਲੇ ਹਾਂ ਫਲੈਟ 'ਤੇ ਕਾਰ 'ਚ ਜਾਣਗੇ ਅਗਰ ਧੱਕੇ ਖਾਂਦੇ ਕਾਪੀ 'ਤੇ ਲਿਖਾ ਲਓ ਮੇਰੇ ਤੋਂ ਇਹ ਕਿਹੜੀ ਫਲੈਟ ਜਿਹੜੀ ਸਾਰਾ ਸਮਾਨ ਜਿੱਥੇ ਤੁਸੀਂ ਜਾਣਾ ਉੱਥੇ ਸਮਾਨ ਨਹੀਂ ਮਿਲਦਾ ਚੱਲ ਫਲੈਟ 'ਤੇ ਚੱਲੇ ਹਾਂ ਕਿੰਨੀਆਂ ਘਰੋਂ ਇਕੱਠੀਆਂ ਕਰੀ ਜਾਂਦੇ ਆ ਇਕੱਲੀ ਜਾ ਮੈਂ ਕਹਿੰਦਾ ਤੂੰ ਰੋਡ ਵੀ ਪਾਰ ਕਰ ਗਈ ਨਾ ਇਹ ਕੀ ਆ ਇਹ ਕਿਹੜੀ ਸੂਸ ਆ ਚੱਲ ਇਹ ਵੀ ਨੀ ਪਤਾ ਨਹੀਂ ਨਹੀਂ ਹਾਂ ਗਾਰਲਿਕ ਆ ਤੂੰ ਐਡ ਕਰਨ ਲੱਗ ਗਿਆ ਪਤਾ ਲੱਗਾ ਤਰੀਕਾ ਵੇਖਦਾ ਬੋਲਣ ਦਾ ਨਾਰਮਲ ਵਧੀਆ ਵਧੀਆ ਚੱਲਦਾ ਪਿਆ ਸੀ ਨਾ ਕਾਰ ਚ ਹੁਣ ਲੋਕਾਂ ਮੂਹਰੇ ਆ ਕੇ ਬਸ ਆਹੀ ਗੱਲੋਂ ਨੀ ਟੱਪਦੇ ਇਹਨਾਂ ਦੇ ਇਹ ਵੀ ਜਵਾਕ ਦੇ ਮੂੰਹ ਨੂੰ ਬੈਠੇ ਨਹੀਂ ਤਾਂ ਹੁਣ ਤਾਂ ਕਦੋਂ ਦੇ ਪਟਾਕੇ ਪਏ ਹੋਣੇ ਸੀ ਫੈਕਟ ਆ ਬਾਈ ਕਿੰਨੇ ਫੜੇ ਸਮਾਨ ਚੈੱਕ ਕਰੀ ਜੋ ਖੰਡ ਤੇ ਸੋਸਾ ਘੋਲ ਘੋਲੀ ਪੀਉਂਗੇ ਲੱਗਦਾ ਸਮਾਨ ਆਹ ਤਾਂ ਮੇਰੇ ਫੇਵਰਟ ਆ ਇਹ ਤਾਂ ਮੈਂ ਆਪ ਚੱਲ ਇੱਕ ਕੱਢ ਲਓ ਯਾਰ ਅੱਜ ਹੀ ਪੀਨੇ ਆ ਆਹ ਮੁੰਡੇ ਵਾਧੂ ਪਏ ਕਹਿੰਦੇ ਨਾ ਉਹ ਜਿਹੜੀਆਂ ਨਹੀਂ ਭਈਆ ਮੈਂ ਗਿਆ ਮੂਗੇ ਸਮਾਨ ਚੈੱਕ ਕਰੋ ਮੈਂ ਤਾਂ ਦੇਖ ਨਹੀਂ ਰਹੇ ਇਹ ਤਾਂ ਐ ਸਮਾਨ ਪੈਕ ਕਰੀ ਨਹੀਂ ਜਿਵੇਂ ਕੋਰੀਅਰ ਕਰਨਾ ਹੁੰਦਾ ਭਾਬੀ ਕਿੱਥੇ ਆ ਤੇਰੀ ਦੇਖਣਾ ਪੈਣਾ ਸੁਣ ਲਾ ਸਮਝ ਲੱਗੀ ਤੈਨੂੰ ਲੱਗ ਲੱਗੀ ਪਾਸਤੇ ਪੂਸਤੇ ਖਾਣ ਨੂੰ ਨਹੀਂ ਜੀ ਕਰ ਰਿਹਾ ਜੇ 7 ਦਿਨ ਖਾਣੇ ਹੋ ਤਾਂ ਫਿਰ ਕਹਿਣਾ ਨਹੀਂ ਨਹੀਂ ਬਸ ਬਸ ਸਮਝ ਲੈ ਕੱਲ ਜੇ ਬੰਦਾ ਕਿਤੇ ਟ੍ਰਿਪ ਤੇ ਵੀ ਜਾਂਦਾ ਨਾ ਥੋੜਾ ਥੋੜਾ ਸਮਾਨ ਲੈ ਜਾਂਦਾ 4-5 ਜਣੇ ਜਾਂਦੇ ਨਾਰਮਲ ਸਰ ਜਾਂਦਾ ਪਰ 4 ਜਣੇ ਚੱਲੇ ਆ ਇਹ ਚੱਲ ਠੀਕ 4 ਡੱਬੇ ਖੰਡ ਦੇ ਯਾਰ ਸੋਸਾਂ ਦੇ ਉਹਨੇ ਪੈਕਟ ਬੋਤਲਾਂ ਲਈ ਜਾਂਦੇ ਆ ਸਮਝ ਨਹੀਂ ਆਉਂਦੀ ਸਾਲਾ ਕਰਨਗੇ ਕੀ ਨਹਾਉਣਗੇ ਇਹਦੇ ਨਾਲ ਅੱਜ ਵੀ ਕਰਵਾ ਚੌਥੀ ਆ ਫਿਰ ਆ ਮੈਗੀਆਂ ਦੇ ਪੈਕਟ ਨਾ ਯਾਰ ਆ ਦੂਜੀਆਂ ਮੈਗੀਆਂ ਨਹੀਂ ਇਹ ਸਭ ਤੋਂ ਸਹੀ ਆ ਆਟਾ ਮੈਗੀ ਆ ਨਾ ਆਟਾ ਮੈਗੀ ਆ ਨਾ ਪਤਾ ਨਹੀਂ ਹਾਂ ਇਹ ਆਟਾ ਬਣਾ ਕਿਉਂ ਨਹੀਂ ਹੁੰਦਾ ਜੇ ਮਤਲਬ ਰੋਟੀ ਨਹੀਂ ਨਾ ਕਰਨੀ ਇਹਨੇ ਆਟਾ ਮੈਗੀ ਆ ਨਾ ਹਾਂ ਬਸ ਸਾਰਾ ਨਹੀਂ ਕੱਟਣਾ ਆਪਾਂ ਮੈਨੂੰ ਟੋਸਟਰ ਕਿੱਥੇ ਗਏ ਟੋਸਟਰ ਹਾਂ ਲੈ ਸਾਰੀ ਤਿਆਰੀ ਕਰੋ ਕਰੀ ਜਾਂਦਾ ਹੈ ਚਲੋ ਸਵਿਟਜ਼ਰਲੈਂਡ ਚ ਟੋਸਟਰ ਨਹੀਂ ਮਿਲਦੇ ਤੇ ਗੋਪੀ ਬਾਈ ਨੇ ਇੱਕ ਕੰਮ ਕੀਤਾ ਹੋਇਆ ਵਾ
ਕਹਿੰਦੇ ਜੇ ਲਾਈਟ ਨਾ ਨਾ ਦੇਖੋਗੀ ਆਪਾਂ ਤੋੜ ਕੇ ਦੇਖ ਲੈਣੀ ਆ ਦੇਖੋ ਜੇ ਨਾ ਦੇਖ ਗਿਆ ਚਲੂਗਾ ਹਾਂ ਇਹ ਗਿਆ ਬਲਾ ਇਹ 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 ਮਾਰਨ ਵਾਸਤੇ ਬੜਾ ਘੈਂਟ ਆ ਨਾ ਹੋਰ ਤਾਂ ਕੰਮ ਆਊਗਾ ਵੀ ਤੈਨੂੰ ਨਹੀਂ ਉਹ ਤਾਂ ਮਾਰਨ ਵਾਸਤੇ ਬੜਾ ਘੈਂਟ ਆ ਚਲੋ ਕਰੋ ਪੈਕਿੰਗ ਸ਼ੁਰੂ ਫਿਰ ਵੇਖਦੇ ਆ ਕਿੱਧਰ ਨੂੰ ਜਾਂਦੇ ਆ ਫਿਰ ਰੋਮਾਂਚ ਚੱਲਦੇ ਰਹਿਣੇ ਨਾ ਬਣਾਉਣ ਨੂੰ ਦਿਲ ਕਰੇ ਹਾਂ ਜੇ ਇਤਨਾ ਇੱਕ ਨਾ ਸਰ ਦੂਗਾ ਆਪਣਾ ਪੈਡ ਤੁਸੀਂ ਕੀ ਤਾਂ ਨਾ ਮਾਰਦੇ ਪਏ ਮੈਗੀਆਂ ਅਤੇ ਮਸਾਲੇ ਅਤੇ ਸੋਸਾਂ ਅਤੇ ਖੰਡ ਇਕੱਠੀ ਕੀਤੀ ਹੋਰ ਕੀਤਾ ਕੀ ਹੈ ਜ਼ਿੰਦਗੀ 'ਚ ਉੱਦਾਂ ਹੀ ਮਿੱਠਾ ਅਤੇ ਮਸਾਲਾ ਬੜਾ ਰੁੱਲਿਆ ਪਿਆ ਤੁਹਾਡੀ ਤਾਂ ਤੁਹਾਨੂੰ ਕੀ ਲੋੜ ਆ ਸਮਾਨ ਇਕੱਠਾ ਕਰਨ ਦੀ ਗੋਪੀ ਵੀ ਕਮਲਾ ਸਾਰੇ ਵਲੋਗ ਇਹਨਾਂ 'ਚ ਬੋਲੀ ਜਾਂਦਾ ਆਪਦੇ ਬਣਾ ਲਾ ਭਰਾਵਾ ਕੋਲਗੇਟ ਚੱਲ ਬਸ ਸਾਰਾ ਨਹੀਂ ਕੱਢਣਾ ਆਪਾਂ ਬਸ ਬਹੁਤ ਆ ਸਾਬਣ ਦਾ ਮੈਂ ਤਾਂ ਨਹਾਉਣਾ ਨਹੀਂ ਤੁਹਾਡੀਆਂ ਉਮੀਦਾਂ ਨੇ ਬਈ ਚੱਲ ਨੰਨਾ ਲੋਕਾਂ ਮੂਹਰੇ ਵੀ ਨੰਨਾ ਨਾ ਸੂਤ ਆਇਆ ਇਹਦਾ ਪੜੇ ਲਿਖੇ ਕਿੱਥੋਂ ਲੱਗਦੇ ਚੱਲ ਹੁੰਦਾ ਰਿਲੇਸ਼ਨ ਨੰਨਾ ਲੋ ਆਂਟੀ ਬੈਠੀ ਆ ਉਹਦਾ ਭਰਾ ਪਤਾ ਨੀ ਕੌਣ ਬੈਠਾ ਨੰਨੇ ਜੇ ਤੂੰ ਮੁਸ਼ਕ ਫਲਾਈ ਉਹ ਕੰਮ ਦੀ ਗੱਲ ਕਰ ਲਓ ਕੋਈ ਜ਼ਿੰਦਗੀ 'ਚ ਤੁਹਾਡੇ ਕੰਮ ਦੀ ਗੱਲ ਹੈ ਨੀਗੀ ਮੁਸ਼ਕ ਫਲਾਈ ਨਾ ਲਿਫਾਫੇ 'ਚ ਪਾ ਕੇ ਸੁੰਘ ਲਾਂਗੀ ਮੈਂ ਲੈ ਤਿਆਰੀ ਤਾਂ ਐ ਕੀਤੀ ਨੂੰ ਕਿੱਡੇ ਟੂਰ ਕੱਢੇ ਹੁੰਦੇ ਦੇਖੀ ਚੱਲ ਭਾਜੀ ਸਹੀ ਗੱਲ ਆ ਅਗਲਾ ਪਤਾ ਨਾ ਤੇ ਚਾਰ ਦਾ ਕੰਮ ਕੀਤਾ ਦਾ ਮਾਬੇ ਦੀ ਮੈਂ ਨਾ ਸਾਰਾ ਉੱਥੇ ਹਾਲੇ ਵੀ ਸਮਾਨ ਪਿਆ ਦਾ ਕਿ ਮੇਰਾ ਕੰਬਲ ਨਹੀਂ ਮੈਨੂੰ ਇਹ ਸਮਝਾ ਮੈਨੂੰ ਇੱਕ ਗੱਲ ਸਮਝਾ ਹੱਸਿਆ ਜੀ ਇੱਕ ਬਿਸਕੁਟ ਤੇ ਇੱਕ ਰਸ ਨਾਲ ਸਰ ਜੂਗਾ ਸਾਡਾ ਆਹ ਨਹੀਂ ਆ ਗਈ ਆ ਜਿਹੜੇ ਚਾਰ ਪੰਜ ਪੈਕੇਟ ਆ ਨਹੀਂ ਮੈਂ ਸੋਚਿਆ ਇੱਕ ਦਿਨ ਇੱਕ ਖਾਣਾ ਇੱਕ ਦਿਨ ਇੱਕ ਗਾਣਾ ਜਿੱਥੇ ਤੂੰ ਚੱਲੇ ਆ ਉੱਥੇ ਵੀ ਬਿਸਕੁਟਾਂ ਦਾ ਪੈਕਟ ਇੰਨੇ ਦਾ ਹੀ ਮਿਲਦਾ ਹੋਊਗਾ ਮੇਰੇ ਹਿਸਾਬ ਨਾਲ ਮੈਗੀ ਦਾ ਪੈਕਟ ਵੀ ਹਰ ਥਾਂ 'ਤੇ ਮਿਲ ਜਾਂਦਾ ਚੱਲ ਬਣਾਉਣੀ ਬਣੀ ਬਣਾਈ ਤਾਂ ਮਹਿੰਗੀ ਪੈਂਦੀ ਹੈ ਠੀਕ ਆ ਪਰ ਪੈਕਟ ਤਾਂ ਹਰ ਥਾਂ 'ਤੇ ਮਿਲ ਜਾਂਦਾ ਭਰਾਵਾ ਐਵੇਂ ਰਸ਼ ਪਾਈ ਜਾਂਦੇ ਜ਼ਿੰਦਗੀ 'ਚ ਆਪਦੀ ਚਾਰ ਪੰਜ ਦੇ ਪੈਕਟ ਆਵੇ ਇੱਕ ਮਸਾਲਾ ਵੀ ਕਮਾਉਂਦੇ ਬਈ ਪੈਕਿੰਗ ਚੱਲ ਦੇਖੀ ਜਾ ਰਹੀ ਆ ਬਸ ਕੀ ਆ ਇਹਨਾਂ ਨੇ ਕਰਨਾ ਕੁਛ ਮਸਾਲਾ ਕੁੱਟਣ ਵਾਲੀ ਵੀ ਨਾਲ ਚੱਕੀ ਫਿਰਦਾ ਜਿਵੇਂ ਘਰ ਹੀ ਸ਼ਿਫਟ ਕਰਨ ਲੱਗਿਆ ਹੁੰਦਾ ਕਿਸੇ ਦੇਖਣਾ ਹੀ ਆ ਤੂੰ ਦੇਖੀ ਜਾ ਬਣਾਵਾਂਗੇ ਆਪਾਂ ਦੋਨੇ ਅਸੀਂ ਤਾਂ ਸਹੀ ਕਰਨਾ ਕੁਛ ਨਹੀਂ ਕਰਨਾ ਆ ਲੰਗਰ ਲਾ ਦੇਣਾ ਆਪਾਂ ਦੇਖੀ ਇਹਦਾ ਫਾਇਦਾ ਆਪਾਂ ਨੂੰ ਪਤਾ ਕੋਈ ਕੋਬਲੀ ਕੋਬਲੀ ਤੂੰ ਕੋਲੀਆਂ ਵੀ ਆ ਲੈ ਵੀ ਬਾਊਲ ਵੀ ਹੈਗੇ ਆ ਤੀਹ ਦੇ ਬਾਊਲ ਲਈ ਅਗਲਾ ਤੀਹ ਦੇ ਡੋਂਗੇ ਲੈ ਲੈਂਦਾ ਉਹ ਮਾਰਕੀਟ ਨੀ ਲੱਗਦੀ ਉਹਦੇ ਮਹੱਲੇ ਚ ਰੋਜ਼ ਹੀ ਲੰਘਦਾ ਵੀਡੀਓ ਬਣਾ ਲੈਂਦਾ ਉਹਦੀ ਕਦੇ ਆ ਗਏ ਕੋਈ ਚੱਲੇ ਦੱਸ ਸਮਝ ਲੱਗੀ ਹੁਣ ਤੇ ਆ ਇਹ 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 ਵੀ ਲੈ ਕੇ ਜਾਣੀ ਆਪਾਂ ਆ ਦੋ ਥਾਲੀ ਪਤਾ ਕਿਉਂ ਨਹੀਂ ਇਹ ਟਮਾਟਰ ਮੁੱਟੇ ਕੱਟਣ ਵਾਸਤੇ ਕੁਛ ਵੀ ਇਹ ਕੱਟਨੇ ਵੀ ਆ ਚੱਲ ਕੱਟਨੇ ਵੀ ਆ ਅੱਗੇ ਤਾਂ ਮੈਂ ਕੱਟਦੀ ਨਹੀਂ ਸਾਰੇ ਵਲੋਗ ਚੈੱਕ ਹੀ ਕੀਤੇ ਲੋਕਾਂ ਨੇ ਕਦੀ ਘਰੇ ਰੋਟੀ ਬਣਾਈ ਆ ਹਾਏ ਇੱਕ ਦੋ ਰੋਸਟ ਵੀ ਦੇਖੇ ਸੀ ਮੈਂ ਜਿਹੜੇ ਕਹਿੰਦੇ ਸਿਰਫ ਇਹ ਹੀ ਕੁੜੀ ਆ ਜਿਹੜੀ ਰੋਟੀ ਸਬਜ਼ੀ ਬਣਾਉਂਦੀ ਬਾਕੀਆਂ ਨੇ ਤਾਂ ਬਸ ਸ਼ੈਫ ਸ਼ੂਫ ਹੀ ਲਾਏ ਹੋਏ ਹਾਂ ਸ਼ੈਫ ਸ਼ੈਫ ਕੌਣ ਲਾਉਂਦਾ ਹੁੰਦਾ ਘਰਾਂ 'ਚ ਸ਼ੈਫ ਚੁੱਫ ਲਾਏ ਹੋਏ ਆ ਇੱਕ ਦੋ ਰੋਸਟ ਕਿਹਦਾ ਰੋਸਟ ਵੇਖ ਮੈਂ ਤਾਂ ਨਹੀਂ ਕਰਦੀ ਕਿਤੇ ਤਾਰੀਫ ਤੁਹਾਡੀ ਹਾਂ ਬਈ ਆਪਾਂ ਹੋਰ ਗੱਲਾਂ ਦੀ ਗੱਲ ਆ ਤੇਰੀ ਤਾਂ ਤਾਰੀਫ ਕੀਤੀ ਦੀਪੇ ਵਾਲੀ ਦੀ ਕੀਤੀ ਵੀ ਹਾਂ ਘਰ ਦਾ ਕੰਮ ਕਰਦੀ ਆ ਅਗਲੀ ਜਦੋਂ ਜਵਾਕ ਹੋਣ ਵਾਲਾ ਸੀ ਉਦੋਂ ਵੀ ਤੱਕ ਵੀ ਕਰਦੀ ਰਹੀ ਆ ਪਰ ਤੇਰਾ ਤਾਂ ਬਾਬੂ ਮੋਮੋਜ਼ ਲਿਆ ਦੋ ਚਲੋ ਅੱਜ ਗੋਪੀ ਕਦ ਮੇਰੀ ਤੇਰੀ ਨਾਲ ਦੀ ਨਹੀਂ ਬਣਾਉਂਦੀ ਯਾਰ ਤੇਰੀ ਨਾਲ ਦੀ ਤੂੰ ਤਾਂ ਸਾਈਡ ਲੈਣਾ ਨਾ ਜੇ ਭੈਣ ਜੀ ਬਣਾ ਲਈਏ ਸਹੀ ਗੱਲ ਹੈ ਨਹੀਂ ਆਂਟੀ ਆਂਟੀ ਜੀ ਨੂੰ ਪੁੱਛੋ ਅੱਛਾ ਬਣਾਉਂਦੇ ਆ ਕਿ ਨਹੀਂ ਆਂਟੀ ਨੇ ਕਦੀ ਤੇਰਾ ਬਲੌਗ ਹੀ ਨਹੀਂ ਦੇਖਿਆ ਹੋਣਾ ਨਹੀਂ ਮੇਰੀ ਨਹੀਂ ਗੱਲ ਕਰਦੀ ਮੈਂ ਭਾਬੀ ਦੀ ਗੱਲ ਕਰਦੀ ਜਿਆਦਾ ਨਾ ਬੋਲੋ ਘਰੇ ਤਾਂ ਜਾਣਾ ਹੀ ਆ ਲੈ ਉੱਥੇ ਬੰਗੇ ਚਲੋ ਇੱਥੇ ਕਿਹੜਾ ਹੁਣ ਮੇਰੀ ਗੱਲ ਭਾਂਡੇ ਧੋਣ ਵਾਲੇ ਰਹਿ ਗਏ ਉਹ ਕੱਪੜੇ ਧੋਣ ਵਾਲਾ ਸਾਬਣ ਰਹਿ ਗਿਆ ਬਸ ਉਹ ਨਹੀਂ ਧੋਣੇ ਚਾਚੇ ਨਹੀਂ ਹੈਗੇ ਉਹ ਭਰਾਵਾ ਨਿਰਮਾ ਵਿਮ ਵਿੱਚ ਕੀ ਕੁਛ ਚੱਕੀ ਜਾਂਦਾ ਇੱਕ ਇੱਕ ਸਾਬਣ ਚੱਕੀ ਜਾਂਦੇ ਆ ਆ ਕਿੱਥੇ ਚੱਲੇ ਹੋ ਤੁਸੀਂ ਓਏ ਉੱਥੇ ਪਾਣੀ ਪੂਣੀ ਨਹੀਂ ਆਉਂਦਾ ਕਿ ਸਾਬਣ ਮਲ ਕੀ ਆ ਪੈਕਟੀਆਂ ਇਕੱਠੀਆਂ ਕਰੀ ਜਾਂਦੇ ਕੋਈ ਚਾਹੀਦਾ ਸਮਾਨ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ ਬੈਗੀ ਚੋਂ ਸਵਾ ਲੈ ਚਾਚਾ ਸੁਣ ਲਾ ਫਿਰ ਤੈਨੂੰ ਕੱਪੜੇ ਤਾਂ ਬਣੇ ਤੇਰੇ ਕੋਲ ਆ ਗਏ ਚਾਚੇ ਨੂੰ ਪਹਿਲਾਂ ਹੀ ਕਹਿ ਤਾ ਬਈ ਆਹ ਪੈਕਿੰਗ ਆ ਬਾਕੀ ਥੋੜੀ ਦੇਰ ਤੱਕ ਮਿਲਦੇ ਆ ਮੇਰੀ ਬਾਂਹ ਥੱਕ ਚੁੱਕੀ ਆ ਚੱਲ ਇਹ ਸਮਾਨ ਮਾਤਾ ਨੇ ਰਖਾਇਆ ਹੋਣਾ ਪੱਕਾ ਦਵਾ ਦੂਲਾਂ ਦਾ ਹਨਾ
ਗੰਢੇ ਲਸਣ ਆਲੂ ਪਿਆਜ਼ ਉਹ ਭਰਾਵਾ ਓਏ ਇਹੋ ਜਿਹੀ ਕਿਹੜੀ ਛਾਂ ਐਡਾ ਤਕੜਕ ਮੈਨ ਵਾਸੀਜ਼ ਵਾਈਟ ਤਾਂ ਨਹੀਂ ਖੇਡਣ ਲੱਗੇ ਐਡਾ ਕਿੱਡਾ ਤੱਕਾ ਸਰਵਾਈਵ ਕਰਨਾ ਤੁਸੀਂ ਵੀ ਸਾਲਾ ਤੁਹਾਨੂੰ ਉੱਥੇ ਸਮਾਨ ਹੀ ਨਹੀਂ ਮਿਲਣਾ ਗਾ ਸਾਰਾ ਕੁਛ ਹੀ ਘਰੋਂ ਲਈ ਜਾਂਦੇ ਆ ਤੇ ਰਾਪਾ ਲਾਓ ਜੀ ਦਾਦੀ ਦੋ ਮਿਰਚਾਂ ਨਾਲ ਦੋ ਵੱਡੀਆਂ ਮਿਰਚਾਂ ਨਾਲ ਲੈ ਕੇ ਚੱਲੇ ਆ ਤੁਸੀਂ ਗੱਲ ਨੀ ਸਮਝੇ ਨਾ ਸਾਰਾ ਸਮਾਨ ਹਿਸਾਬ ਤਾਂ ਐ ਦੇਈ ਜਾਂਦਾ ਜਿਵੇਂ ਬਿੱਲ ਅਸੀਂ ਦੇਣਾ ਹੁੰਦਾ ਇਹਦਾ ਆ ਜੀ ਨਿਊਟਰੀ ਆ ਜੀ ਮਿਰਚਾਂ ਲੈ ਜਾ ਉਹਨੂੰ ਪਾ ਕੇ ਸਮਾਨ ਜਾ ਜਿੱਥੇ ਜਾਣਾ ਫਲੈਟ ਸਾਲਿਓ ਤੁਹਾਡੇ 23 ਕਿਲੋ ਵਾਲੇ ਬੈਗ ਵਾਲਾ ਸਿਸਟਮ ਹੈ ਨੀ ਗਾ ਆ ਹੀ ਭਰਿਆ ਹੋਊਗਾ ਸਮਾਨ ਇੱਥੇ ਜਾਊਗਾ ਧੱਕੇ ਖਾਣ ਕੇ ਤੇ ਗਰੰਟੀ ਹੈ ਇਹਦਾ ਤੇ ਆ ਵਾ ਖਾਲੀ ਪੀਪਾ ਤੇ ਇਹਦੇ ਵਿੱਚ ਆ ਉਹ ਇਹਨੂੰ ਪੀਪਾ ਆਖਦੇ ਆ ਖਾਲੀ ਪੀਪਾ ਨਹੀਂ ਆਟਾ ਉੱਤੇ ਰੱਖਣ ਨੂੰ ਲੱਗਾ ਉਹ ਉਹਦਾ ਵਾ ਕੀ ਨਾਮ ਲੱਗਾ ਬਿਜਲੀ ਕੋਲੇ ਨਹੀਂ ਨਹੀਂ ਇਹਦਾ ਕੁਝ ਨਹੀਂ ਗਾ ਨਹੀਂ ਆ ਕਿਦਾਂ ਇਹ ਉਹਦਾ ਵਾ ਕੀ ਨਾਮ ਲੈਂਦੇ ਨੇ ਘੜੇ ਦਾ ਹਾਂਜੀ ਮਿੱਟੀ ਦਾ ਮਿੱਟੀ ਘੜੇ ਦਾ ਦਾ ਸੋਹਣਾ ਦੇਖ ਆਇਓ ਘੜੇ ਨੂੰ ਕੱਟ ਕੇ ਬਣਾਇਆ ਉਹ ਆ ਨਵੀਂ ਵੈਰਾਈਟੀ ਦੇਖ ਮਿੱਟੀ ਦਾ ਵਾ ਹਾਂਜੀ ਉਹ ਇਹ ਇਹ ਕਿਸੇ ਨੇ ਵੀਡੀਓ ਵੀ ਪਾਈ ਸੀ ਇਹ ਮਿੱਟੀ ਦੇ ਚੱਲੇ ਬਰਤਨ ਕਹਿੰਦੇ ਆਹ ਵਰਤਿਆ ਕਰੋ ਜਿਹੜੇ ਤੁਹਾਨੂੰ ਸਟੀਲ ਦੇ ਤੁਹਾਡੇ ਖਰਾਬ ਕਰਦੇ ਪਰ ਕਿਸੇ ਨੇ ਥੱਲੇ ਕਮੈਂਟ 'ਚ ਕਿਹਾ ਸੀ ਇਹ ਤਾਂ ਇਦੋਂ ਵੀ ਨੁਕਸਾਨਦਾਇਕ ਇਹ ਕਿਹੜਾ ਅਸਲੀ ਮਿੱਟੀ ਦੇ ਪਤਾ ਨਹੀਂ ਮੈਨੂੰ ਤਾਂ ਵੈਸੇ ਪਰ ਲੋਕਾਂ ਨੇ ਆਖ ਰੱਖਿਆ ਸੀ ਇਹ ਵੀ ਚੀਜ਼ ਤੋਂ ਅਵੋਇਡ ਕਰੋ ਇਹ ਵੀ ਚੀਜ਼ ਖਰਾਬ ਕਰਦੀ ਹੈ ਪਰ ਜਿਹੜੇ ਮੈਨੂੰ ਦੱਸਿਓ ਕਮੈਂਟਾਂ 'ਚ ਇਹ ਚੀਜ਼ ਸਹੀ ਹੈ ਕਿ ਗਲਤ ਆ ਕਿਉਂਕਿ ਜਿਹੜੀ ਵੀਡੀਓ ਮੈਂ ਵੇਖੀ ਸੀ ਜਿਹੜਾ ਬੰਦਾ ਵੇਖਦੇ ਉਹਦੇ ਥੱਲੇ ਸਾਰਿਆਂ ਹੀ ਕਹਿੰਦੇ ਸੀ ਇਹ ਤਾਂ ਨੁਕਸਾਨ ਦਾ ਘਰ ਹੈ ਇਹ ਤਾਂ ਨੁਕਸਾਨ ਦਾ ਘਰ ਹੈ ਤੁਸੀਂ ਦੱਸਿਓ ਕਮੈਂਟਾਂ 'ਚ ਵਰਤਣੇ ਚਾਹੀਦੇ ਕਿ ਨਹੀਂ ਵਰਤਣੇ ਚਾਹੀਦੇ ਬਾਈ ਜੀ ਹੁਣ ਫਿਰ ਰੋਟੀ ਤਾਂ ਬਣਾਉਂਦੀ ਫਿਰ ਜਾ ਕੇ ਤੂੰ ਉੱਥੇ ਵਲੋਗ ਬਣਾਇਆ ਤੂੰ ਤਾਂ ਵਿਊ ਹੀ ਖਾਣੇ ਪਾ ਵੀ ਸ਼ਿਕਾਰ ਤੈਨੂੰ ਬੜੀ ਸਤਿ ਸ਼੍ਰੀ ਅਕਾਲ ਲੰਬੀ ਨਿਕਲਦੀ ਆ ਤੇਰੀ ਸ਼ੁਕਰ ਆਂਟੀ ਕਿ ਆਂਟੀ ਆ ਸਮਝ ਤੁਸੀਂ ਹੋਰ ਲਿਆ ਕਮੈਂਟ ਨਾ ਕਰਿਓ ਪੈਸੇ ਦੇ ਦੂੰਗਾ ਆਂਟੀ ਨੂੰ ਮੈਂ ਆਇਓ ਰੱਬਾ ਮੇਰੇ ਤੇਰੇ ਅਰਗਾ ਬਖਤ ਜ਼ਿੰਦਗੀ ਚ ਨੀ ਵੇਖਿਆ ਕਦੇ ਮੈਂ ਸਲਾਹ ਕਿਸੇ ਨੂੰ ਦੇਣਾ ਜਾਂ ਕਿਸੇ ਨੂੰ ਲੈਣਾ ਉਹ ਵੀ ਸੁਣਾ ਫਰੂਟ ਕੱਢ ਲਏ ਸੀ ਕਿ ਨਹੀਂ ਕੱਢੇ ਕਮੈਂਟ ਨਾ ਕਰਿਓ ਆਂਟੀ ਨੂੰ ਪੈਸੇ ਦੇ ਦੂੰ ਅਸੀਂ ਕਿਉਂ ਕਰਨਾ ਜੋ ਪਤਾ ਹੀ ਆ ਤੂੰ ਹੈ ਹੀ ਮੰਗ ਪੱਤਰ ਨਹੀਂ ਤੁਸੀਂ ਤਾਂ ਚਲੋ ਕਹਿ ਦੇਣਾ ਨਾ ਪਰ ਲੋਕਾਂ ਨੇ ਕਹਿਣਾ ਨਾ ਮੈਨੂੰ ਪਤਾ ਨਾ ਨਹੀਂ ਨਹੀਂ ਪੁੱਤ ਕੋਈ ਨਹੀਂ ਤੇਰੇ ਤੇ ਪਹਿਲਾਂ ਅਮਨ ਤੇ ਗੋਪੀ 'ਚ ਕੋਈ ਫਰਕ ਸੀਗਾ ਹੁਣ ਤੇਰੇ ਤੇ ਗੋਪੀ 'ਚ ਕੋਈ ਫਰਕ ਆ ਚੱਲ ਇਹ ਗੱਲ ਹੋ ਗਈ ਨਾ ਮਾਰ ਵਾਲੀ ਕਈ ਜੋ ਲੈ ਆਪਣੇ ਮਾਂ ਬਾਪ ਤੋਂ ਮੰਗਦਾ ਹੀ ਰਹਿੰਦਾ ਵਾ ਮਾਂ ਬਾਪ ਤੋਂ ਮੰਗਣ ਨੂੰ ਹੀ ਪਰਮਾਤਮਾ ਨੇ ਸਾਨੂੰ ਉਹਨਾਂ ਨੂੰ ਦਿੱਤਾ ਆ ਜਿੰਨਾ ਮਰਜ਼ੀ ਕਹਿੰਦੇ ਅਸੀਂ ਮੰਗਣਾ ਤਾਂ ਹੀ ਪਰਮਾਤਮਾ ਨੇ ਉਹਨੂੰ ਦਿੱਤਾ ਉਹਨਾਂ ਨੂੰ ਤਾਂ ਦਿੱਤਾ ਪਰ ਤੁਹਾਨੂੰ ਕੋ ਤਾਂ ਦਊਗਾ ਕਿ ਤੁਸੀਂ ਮੰਗਣਾ ਹੀ ਲਿਖਿਆ ਤੁਹਾਡੀ ਜ਼ਿੰਦਗੀ 'ਚ ਅਸੀਂ ਵੀ ਉਹਨਾਂ ਕੋਲ ਮੰਗਦੇ ਹਾਂ ਜਿਹਨਾਂ ਨੇ ਪਰਮਾਤਮਾ ਇਹ ਤਾਂ ਨਾ ਵੈਸੇ ਪੰਪ ਦੇਈ ਜਾਂਦੀ ਆ ਆਂਟੀ ਨੂੰ ਉਹਨਾਂ ਦੇ ਪਰਿਵਾਰ ਨੂੰ ਐਂ ਕਰੀ ਜਾਂਦੀ ਵੀ ਅਸੀਂ ਵਾਕਈ ਮੰਗਦੇ ਜਾਂਦੇ ਤੁਸੀਂ ਸਾਨੂੰ ਦੇ ਦਿਓ ਬਸ ਗੋਲਗੱਪੇ ਨੀ ਆਏ ਚੈਨ ਮੰਗੀ ਸੀ ਜਾ ਕੇ ਅਗਲੇ ਨੇ ਗੋਲਗੱਪੇ ਦਾ ਚੈਨ ਚ ਫਰਕ ਹੁੰਦਾ ਗਾ ਕੀ ਦੇ ਰਹੇ ਹੋ ਮੇਰੀ ਕੁੜੀ ਨੂੰ ਚੈਨ ਦਾ ਉਹਨਾਂ ਨਾਲ ਵਾਂ ਹੋ ਗਿਆ ਸਾਲਾ ਵਲੋਗਾਂ ਚ ਭੌਂਕ ਗਿਆ ਹੁਣ ਪਾਉਣੀ ਪੈਣੀ ਇਹਨੇ ਤਾਂ ਬੇਜਾਈ ਕਰਾਊਗਾ ਸਾਰਿਆਂ ਮੂਹਰੇ ਇਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਹਾਲੇ ਤੱਕ ਇਹਨਾਂ ਦੀ ਪੈਕਿੰਗ ਨੀ ਹੋਈ ਔਰ ਸਾਨੂੰ ਕੱਲ ਦੇ ਕਹਿੰਦੇ ਪਏ ਆ ਨਹੀਂ ਕੱਲ ਦੇ ਨੀ 15 ਦਿਨਾਂ ਦੇ
ਤੁਹਾਡੇ ਕਮਰੇ 'ਚ ਵਾਲ ਬੜੀ ਸੋਹਣੀ ਲੱਗੀ ਆ, ਫਲੈਕਸ ਬੜੀ ਸੋਹਣੀ ਲੱਗੀ ਆ, ਕਿੱਥੋਂ ਲਵਾਈ ਸੀ? ਦੀਪੇ ਤੋਂ? ਦੀਪਾ, ਦੀਪਾ ਪੈਂਟਰ ਫੁੱਲ ਆ, ਤੁਸੀਂ ਸਾਡੀ ਟੈਨਸ਼ਨ ਨਾ ਲਓ, ਸੰਦੀਪ ਇਹਦੇ ਵਿੱਚ ਰੱਖਣਾ ਵਾ ਇਹਨੂੰ, ਗੋਪੀ ਤੂੰ ਇਹਦੇ ਮਗਰ ਨਾ ਪੈ ਜੀ ਯਾਰ, ਗੋਪੀ ਇਹਦੀ ਆਦਤ ਨਾ ਪਾਲੀ, ਤਾਂ ਬਾਲਾ ਬੇਅਕਲ ਬੰਦਾ, ਸਹੀ ਦੱਸਾਂ ਮੈਂ ਤੇਰੀ ਬੇਇੱਜ਼ਤੀ ਕਰਾਊਗਾ, ਹਲੇ ਤੱਕ ਇਹਨਾਂ ਨੇ ਹਲੇ ਤੱਕ ਆਪਣੇ ਪਰਨੇ ਦਾ ਲੜ ਨਹੀਂ ਸੈੱਟ ਕੀਤਾ, ਔਰ 100 ਵਾਰੀ ਉਹ ਥੱਲੇ ਆ ਗਿਆ, ਚੱਕਦਾ ਵੇਖੀ ਉਹ ਵਿਚਾਰਾ ਭੋਲਾ, ਉਹ ਬੋਲੀ ਜਾਂਦੀ ਉੱਧਰ ਵਿਚਾਰਾ, ਐਂ ਸੈੱਟ ਕਰੀ ਜਾਂਦਾ, ਚੱਕਦਾ ਵੀ ਨਹੀਂ ਉਹਦੇ ਕੰਨੀ, ਅਤੇ ਇਹ ਵੇਖ ਲਾ ਇਹਦੀ ਹੁਣ ਟ੍ਰਿਪ 'ਚ ਮੈਂ ਨਿਗ੍ਹਾ ਹੀ ਨੋਟ ਕਰਨੀ ਕਿੱਧਰ ਨੂੰ ਜਾਂਦੀ ਹੈ ਸਾਰੇ 'ਚ, ਬਸ ਮੈਂ ਲਪੇਟ ਚ ਵੀ ਲੈਂਦੀ ਹੁੰਦੀ ਆ, ਇੰਨੀ ਖਰੀ ਹੋ ਜਾਂਦੀ ਨਾ ਇਹਨਾਂ ਨੂੰ, ਜਦ ਅੰਦਰੋਂ ਅੰਦਰੀ ਬਾਈ ਨੂੰ ਟੈਨਸ਼ਨ ਹੋ ਜਾਂਦੀ, ਇਹਨਾਂ ਦੇ ਵਿਚਾਰ ਮਿਲੇ ਨਿਕਲੇ, ਇਹਨਾਂ ਦਾ ਮੂਵੀਆਂ ਸਾਰੀਆਂ ਵੇਖੀ ਹੋਈਆਂ, ਆਪਾਂ ਚੱਕ ਦਿਨ ਸਲਾਹ ਕਰੀ ਜਾਂਦੇ, ਮੈਂ ਵੀ ਵੇਖ ਲੈਂਦੀ ਕੋਈ ਮਨੀ ਹਿਸਟ ਕਰੀ ਕਿਹੜੀ ਆਉਂਦੀ ਸੀਗੀ, ਅਸਟ੍ਰੈਕਸ਼ਨ ਹੀ ਦੇਖ ਲੈਂਦੀ, ਕੋਈ ਹੋਰ ਵੇਖ ਲੈਂਦੀ, ਮਾੜੀ ਮਾੜੀ ਗਲਤ ਕਰ ਲੈਂਦੀ, ਆਪਾਂ ਸੋਲ ਕਿੱਧਰ ਨੂੰ ਚੱਲਦੀ ਹੈ, ਇਹ ਤਾਂ ਕੰਮ ਰੋਂਗ ਹੋ ਗਿਆ। ਗੋਪੀ ਭਾਅ ਜੀ ਠੀਕ ਹੋ? ਧਿਆਨ ਰੱਖਣਾ ਪੈਣਾ, ਗਲਤੀ ਕਰ ਲਈ ਟ੍ਰਿਪ ਇਹਦੇ ਨਾਲ ਬੰਨ ਕੇ। ਚਲੋ ਠੀਕ ਹੈ ਗਾਇਜ਼, ਮਿਲਦੇ ਤੁਹਾਨੂੰ ਥੋੜ੍ਹੀ ਦੇਰ ਤੱਕ, ਮਿਲਦੇ ਹਾਂ, ਹੈਲਪ ਕਰਾ ਯਾਰ, ਹੈਲਪ ਹੁਲਪ ਕੁਛ ਨਹੀਂ ਹੋਣੀ, ਆਪੇ ਕਰੋ। ਕੀਤਾ ਕੀ ਸਾਰੇ ਵਲੌਗ 'ਚ, ਪਤਾ ਨਹੀਂ ਕਿੱਥੇ ਚੱਲੇ ਆ, ਇੰਨਾ ਸਮਾਨ ਚੱਕ ਲਿਆ ਆਇਓ ਰੱਬਾ, ਜਿਵੇਂ ਪੁੜੀਆਂ ਦੀ ਉੱਥੇ ਉਹਨੇ ਲਾਣੀ, ਇੱਕ ਰੱਸੀ ਬੰਨ ਕੇ ਸੇਲ ਲਾਣੀ, ਸਾਰੀਆਂ ਪੈਕਟੀਆਂ ਚੱਕਣੀਆਂ ਲਮਕਾਉਣ ਵਾਲੀਆਂ। ਸੋ ਓਕੇ ਜੀ ਬਾਈ, ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਕ ਪ੍ਰੋਗਰਾਮ ਦੇ ਵਿੱਚ। ਲੂਸ ਹੀ ਕੱਢ ਰੱਖਿਆ ਵਲੌਗ ਦਾ, ਹੈ ਵੀ ਪੈਦਲ ਹੀ, ਮੈਂ ਸਹੀ ਦੱਸਾਂ, ਮੈਂ ਮੇਰਾ ਜੀ ਨਹੀਂ ਕਰਦੇ ਬੋਲਣ ਨੂੰ, ਪਰ ਪੈਦਲ ਹੀ ਇਹ ਗੋਪੀ ਤੇ ਆਇਓ ਰੱਬਾ ਮੇਰੇ ਆ, ਗੋਪੀ ਨੂੰ ਵੀ ਉਹ ਟੱਕਰ ਦੇ ਜਿਹੜੇ ਤਰੀਫਾਂ ਦਾ ਪੁੱਲ ਹੀ ਬੰਨ੍ਹਣ ਗੋਪੀ ਘਰੇ ਆ ਗਏ। ਵੀਰਸ ਦਾ ਸੁਭਾਅ ਬਹੁਤ ਵਧੀਆ ਗੋਪੀ ਦਾ, ਹਾਂਜੀ ਗੋਪੀ ਭਾਅ ਜੀ ਬਹੁਤ ਵਧੀਆ, ਅਮਨ ਜਸ। ਚਲੋ ਬਾਏ, ਮਿਲਦੇ ਹਾਂ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ 'ਚ, ਕਰਦੇ ਹਾਂ ਟ੍ਰਿਪ ਸ਼ੁਰੂ ਫਿਰ ਕੱਲ੍ਹ ਤੋਂ, ਮਿੰਨੀ ਸਵਿਜ਼ਰਲੈਂਡ, ਚੱਲ ਮਨਾਲੀ ਮਨੁੱਲੇ ਵਾਲੇ ਪਾਸੇ ਜਾਊਗਾ, ਨੇੜੇ ਨਾ ਮੁੜਿਆ ਹੀ ਹੁਣ, ਜਾ ਵੜੀ ਕਿਤੇ ਇੰਨਾ ਸਮਾਨ ਚੱਕਿਆ ਤਾਂ, ਪਤਾ ਨਹੀਂ ਬਾਕੀ ਕਿੱਥੇ ਜਾਣਾ ਕਿੱਥੇ ਆਉਣਾ, ਨਾ ਵੇਖੀ ਕੀ ਕਰਦਾ, ਨਵਾਂ ਨਵਾਂ ਨਹੀਂ ਹੈਗਾ ਇਹ, ਪੁਰਾਣੇ ਸਾਲ ਦੇ ਹੈਗੇ, ਪੁਰਾਣੇ ਸਾਲ ਨਹੀਂ ਪਿਛਲੇ ਸਾਲ ਦੇ, ਮੈਂ ਬਹੁਤ ਮੀਰ ਜਾਂਗੇ, ਬਸ ਇਹਨਾਂ ਦੀ ਇੱਦਾਂ ਹੀ ਚੱਲੀ ਜਾਣੀ ਹੈ। ਹਾਂਜੀ ਫਿਰ ਮਿੱਤਰੋ, ਪੈਕਿੰਗ ਸ਼ੁਰੂ ਹੋ ਗਈ, ਪੈਕਿੰਗ ਆਪਣੀ ਹੋ ਗਈ ਹੈ ਡਨ, ਤੇ ਹੁਣ ਰੱਖੇ ਜਾ ਰਹੇ ਨੇ ਸਮਾਨ ਗੱਡੀ 'ਚ, ਗੱਡੀ 'ਚ ਸਾਲੇ ਵਾਹ ਕਿਹੜੇ ਥੱਲੇ ਜਿਹੜੇ ਏਅਰਪੋਰਟ ਤੇ ਜਾਂਦੇ ਆ, ਫਲੈਟ ਫਲੈਟ ਲਾਈ ਸੀ, ਭੁੰਕਣ ਲੱਗੇ ਤਾਂ ਕੀ ਕਵਾਂ, ਮੈਂ ਬੋਲਣ ਲੱਗੇ ਤਾਂ ਸੋਚ ਲਿਆ ਕਰੋ ਕੀ ਬੋਲਣਾ ਸੀ, ਇਹਦਾ ਭਲਵਾ ਆਪਾਂ ਇਹ ਤਾਂ ਕਿਹਾ ਹੀ ਨਹੀਂ ਕਿ ਆਪਾਂ ਸਵਿਟਜ਼ਰਲੈਂਡ ਚੱਲੇ, ਆਪਾਂ ਇਹ ਕਿਹਾ ਵਾ ਕਿ ਆਪਾਂ ਮਿੰਨੀ ਸਵਿਟਜ਼ਰਲੈਂਡ ਚੱਲੇ ਆ, ਐਵੇਂ ਨੰਨਾ ਵੀ ਬਸ। ਅੱਛਾ ਫਲੈਟ ਦਾ ਵੇਲਾ ਵੀ ਨਾਲ ਲੈ ਕੇ ਚੱਲੇ, ਸਾਲੇ ਸ਼ਿਫਟ ਤਾਂ ਸ਼ਿਫਟ ਕਹਿਣ ਲੱਗਿਆ ਮੈਂ ਵੀ ਇੰਨਾ ਕੁ ਬੋਂਗ, ਸ਼ਿਫਟ ਤਾਂ ਨਹੀਂ ਹੋਈ ਜਾਂਦੇ ਕਿਤੇ, ਮੂਵ ਕਰ ਰਹੇ ਹੋ ਕਿਤੇ ਹੋਰ ਕਿਤੇ, ਨਾ ਨਾ ਚੱਕ ਸਾਰਾ ਸਮਾਨ ਹੀ ਕਰੋ ਚੱਕੀ ਫਿਰਦੇ, ਜਿਵੇਂ ਉੱਥੇ ਤਾਂ ਕੁਛ ਮਿਲਣਾ ਹੀ ਨਹੀਂ ਹੁੰਦਾ, ਵਾਕਈ ਮੈਨ ਵਰਸਿਸ ਵਾਈਲਡ ਖੇਡਣਗੇ ਇਹ, ਵੱਡ ਵੱਡ ਨਾ ਜਾਨਵਰ ਖਾਣਾ ਪਤਾ ਨਹੀਂ ਉੱਥੇ ਕੋਈ ਸਾਨੂੰ ਕਿੱਦਾਂ ਲੋਣੀ, ਗੋਪੀ ਭਾਈ ਨੂੰ ਜ਼ਿਆਦਾ ਪਤਾ ਵਾ ਕਿ ਕਿੱਦਾਂ ਲੋਣੀ। ਅੱਛਾ ਤੇਰੇ ਵਾਲੇ ਨਹੀਂ ਪਤਾ, ਭਾਜੀ ਨੂੰ ਬੜਾ, ਚਲੋ ਭਾਜੀ ਆ ਫਿਰ ਤਾਂ ਬਸ, ਸਬਸਕ੍ਰਾਈਬ ਵੀ ਨਹੀਂ ਮੰਗਿਆ, ਬਾਈ ਵੀ ਨਹੀਂ ਕੀਤੀ। ਸੋ ਓਕੇ ਜੀ ਬਾਈ, ਮਿਲਦੇ ਫਿਰ ਅਗਲੇ ਗੱਲ ਬਾਤ ਰੋਮਾਂਚਿਕ ਪ੍ਰੋਗਰਾਮ 'ਚ, ਕਰਦੇ ਹਾਂ ਫਿਰ ਰੋਮਾਂਚਿਕ ਟ੍ਰਿਪ ਸ਼ੁਰੂ। ਬਾਈ ਸਬਸਕ੍ਰਾਈਬ ਕਰ ਦਿਓ, ਅਤੇ ਇੰਸਟਾਗ੍ਰਾਮ ਅਤੇ ਸਨੈਪਚੈਟ ਆਊਗਾ, ਉੱਥੇ ਐਡ ਕਰ ਲਿਓ ਮੈਨੂੰ। ਬਾਈ ਗੋਪੀ ਭਾਅ ਜੀ ਆ ਗਿਆ, ਗੋਪੀ ਚੱਲੇ ਆ, ਗੋਪੀ ਗੋਪੀ ਕਰਾ ਦੇਣੀ ਹੁਣ ਤਾਂ ਵਲੌਗਾਂ 'ਚ, ਬਾਕੀ ਨਿਗ੍ਹਾ ਨੋਟ ਕਰਾਂਗੇ। ਗਲੀਆਂ ਦੀ ਨੌਲੇਜ ਬਥੇਰੀ, ਜੱਟ ਨੂੰ ਨੀ ਹਾਲੇ ਲਿਖਦਾ ਨੀ ਗਾਣੇ, ਮੈਂ ਕਿਤਾਬਾਂ ਪੜ੍ਹ